ਰਹੀਆ ਮੈਂ ਚਾਹ ਵੀ ਤਗੜਾ ਹੋਣਾ। ਇੱਕ ਪਾਸੇ ਟੀਮ ਹੁਸ਼ਿਆਰਪੁਰ ਪਿੰਡ ਦੀ ਟੀਮ ਹੈ ਨਿਊ ਚੰਡੀਗੜ੍ਹ ਦਾ ਕਿਹੜੇ ਲਾਗਾ, ਦੂਜੇ ਪਾਸੇ ਟੀਮ ਜਿਹੜੀ ਮੇਰੇ ਵੀਰੋ ਖੇਡੇਗੀ ਹਾਲੇ। ਹਾਂਜੀ 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 ਕਹਿ ਰਹੀ ਹੁਣ ਬਹੁਤ ਵੱਡਾ ਧੰਨਵਾਦ। ਹਾਂ ਉਧਰੋਂ ਛੋਟੀ ਬੱਚੀ ਉਹਨੇ ਗਾਣਾ ਗਾਉਣਾ, ਜ਼ਰੂਰ ਆਪਾਂ ਧਿਆਨ ਨਾਲ ਸੁਣਾਂਗੇ ਤੇ ਥੋੜੀ ਜਿਹੀ ਬਾਜ਼ ਖੋਲਦੀ ਹੈ ਵੀ ਮਾਨ ਜੀ ਬਹੁਤ ਵੱਡਾ ਧੰਨਵਾਦ ਹੈ।
ਛੋਟੀ ਜੀ ਬੱਚੀ ਸ਼ਹੀਦ ਸਰਦਾਰ ਗੁਰਨਿੰਦਰ ਸਿੰਘ ਉਹਦੀ ਭਾਣਜੀ ਉਮਰ ਚਾਹੇ ਇਹਦੀ 7-8 ਸਾਲ ਦੀ ਹੈ ਲੜਕੀ ਦੀ, ਪਰ ਇਹ ਲੜਕੀ ਨੇ 7-8 ਸਾਲ ਦੀ ਉਮਰ ਚ ਆਪਣੇ ਮਾਮੇ ਦੀ ਸ਼ਹੀਦੀ ਨੂੰ ਯਾਦ ਕੀਤਾ ਹੈ। ਉਹ ਸ਼ਹੀਦ ਜਿਹੜਾ ਸਰਹੱਦਾਂ ਦੇ ਆਪਣੇ ਦੇਸ਼ ਦੀ ਰਾਖੀ ਕਰਦਾ, ਆਪਣੇ ਨਿੱਕੇ ਨਿੱਕੇ ਭਾਣਜਿਆਂ ਨੂੰ, ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਛੱਡ ਕੇ ਸਦਾ ਲਈ ਇਸ ਦੁਨੀਆਂ ਤੋਂ ਚਲਾ ਗਿਆ ਹੈ, ਇਹ ਉਹਦੀ ਭਾਣਜੀ ਹੈ। ਇਹਨੇ ਆਪਣੇ ਮਾਮੇ ਦੀ ਸ਼ਹਾਦਤ ਨੂੰ ਯਾਦ ਕੀਤਾ ਹੈ। ਜਿੰਨੀ ਵੀ ਸੰਗਤ ਬੈਠੀ ਆ ਉਹ ਸ਼ਹੀਦ ਦੇ ਤਾੜੀ ਜ਼ੋਰਦਾਰ ਮਾਰੋ ਯਾਰੇ ਕਰੀ। ਦੇਖੋ ਸ਼ਹੀਦੋ ਕੀ ਚਿਤਾਓ ਪਰ ਲਗੇਗੇ ਹਰ ਬਰਸ ਵੇਲੇ, ਫਤਨ ਪਰ ਮਿਟ ਲੋ ਬਾਲੋ ਕਾ ਯਹੀ ਆਖਰੀ ਨਿਸ਼ਾ ਹੋਗਾ। ਉਹ ਸ਼ਹੀਦ ਹੋਇਆ ਪਰ ਕਹਿੰਦੇ ਮੇਰੇ ਵੀਰੇ ਆਪਣੀਆਂ ਨਸਲਾਂ ਨੂੰ, ਆਪਣੇ ਬੱਚਿਆਂ ਨੂੰ ਅੱਜ ਵੀ ਕਹਿੰਦੇ ਉਸ ਦੇਸ਼ ਦੇ ਲੇਖੇ ਲਾਉਣ ਲਈ ਕਹਿੰਦਾ ਹੈ। ਹਰ ਕਹਿੰਦੇ ਗੱਲਾਂ ਜਿਹੜੀਆਂ ਹੁੰਦੀਆਂ ਨਵੀਂ ਧੀ ਜਿਉਂਦੀ ਦੀਆਂ ਦੁਆਵਾਂ ਨੇ ਤੇਰੇ ਲਈ। ਆਓ ਜੀ ਮੈਂ ਦੀ ਗੱਲ ਭਰਾ ਸਾਡੇ ਸਲੀਮ ਤੇ ਨਾਲ ਵਿਸ਼ਾਥ ਲੂ। ਹੈਲੋ 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 ਕਰੋ ਜੀ ਕਰੋ, ਮੈਂ ਸ਼੍ਰੀ ਗੱਲ ਦੀ ਨਾਲ ਲਾਓ ਸਾਹਮਣੇ ਮੇਰੇ ਵੀਰਾਂ ਚੋਟੀ ਦਾ ਮੁਕਾਬਲਾ ਕਿਹੜਾ ਕਿਹੜੇ ਸ਼ਰੋਣੀ ਆ ਰਹੇ ਆ। ਇੱਕ ਪਾਸੇ ਟੀਮ ਬਾੜਸ਼ੇ ਰੋਪੜ ਦੀ ਟੀਮ ਹੈ, ਮੁੰਡੇ ਕਿਤੇ ਤੁਹਾਡੇ ਜ਼ਿਲ੍ਹੇ ਚ ਪੁੱਜੇ ਹੋਏ ਆ, ਔਰ ਦੂਜੇ ਪਾਸੇ ਕਿਤੇ ਨਿਊ ਚੰਡੀਗੜ੍ਹ ਦਾ ਇਲਾਕਾ ਮੇਰੇ ਵੀਰਾਂ ਹੁਸ਼ਿਆਰਪੁਰ ਪਿੰਡ ਦੀ ਟੀਮ ਆ, ਜਿਹੜੀ ਇੱਕ ਫੱਡੀ ਤੇ ਕਿਹੜੇ ਭਾਰੀ ਟੀਮ ਆ, ਜਿਹੜੀ ਕਿਹੜੇ ਫੜ ਕੇ ਬੋਡੀਆਂ ਪਾ ਲਾ, ਜਰੂਰ ਨੇੜੇ ਆ ਕੇ ਲੈ ਲਓ, ਨੇੜੇ ਆ ਕੇ ਥੋੜੀਆਂ ਸਟਰਗਲ ਜਿਹੜਾ ਪਲੇਅਰਾਂ ਨੂੰ ਵੀ ਕਰਨਾ ਪੈਣਾ ਹੈ, ਕਿਉਂਕਿ ਪ੍ਰਬੰਧਕ ਜਿਹੜੇ ਆਪਣੇ ਕੰਮਾਂ ਦੇ ਵਿੱਚ ਜਿਹੜੇ ਕਿਹੜੇ ਲੱਗੇ ਹੋਏ ਆ। ਨਾਲ ਸਾਹਮਣੇ ਪਹਿਲਾ ਵਾਰ ਸਾਹਮਣੇ ਦੀ ਧਰਤੀ ਦਾ ਮੁੰਡਾ ਕਿਹੜੇ ਹੈਪੀ, ਔਰ ਪਹਿਲੇ ਵਰਦੀ ਸ਼ੁਰੂਆਤ ਮੁੰਡਾ ਕਿਹੜੇ ਕਰਨ ਦੇ ਲਈ ਕਿਹੜੇ ਤਿਆਰ ਹੈ। ਪੰਜਾਬ ਦੇ ਕਰੀਏ ਟੋਪਰੇ ਕਿਹੜੇ ਬਾਲਰਾਂ ਚ, ਆ ਮੁੰਡੇ ਦਾ ਕਿਹੜੇ ਨਾਮ ਹੋਣਾ ਮੇਰੇ ਵੀਰ, ਸਾਹਮਣੇ ਵਾਲੀਆਂ ਕਿਹੜੇ ਹੈਪੀ, ਪਰ ਦੂਜੇ ਪਾਸੇ ਆ ਭਰਥਲੇ ਵਾਲਾ ਗੋਲੂ ਆ ਗੋਲੂ, ਉਹ ਮੁੰਡਾ ਕਹਿੰਦੇ ਬੱਲੇ ਬੱਲੇ ਕਰਾ ਗਿਆ, ਕਹਿੰਦੇ ਪਹਿਲੀ ਬਾਲ ਦਾ ਹੀ ਸ਼ੋਕਾ ਕਹਿੰਦੇ ਵੱਜ ਗਿਆ ਮੇਰੇ ਵੀਰੋ, ਔਰ ਧੰ ਧੰ ਕਹਿੰਦੇ ਕਰਵਾ ਗਿਆ ਗੋਲੂ ਆ ਕਹਿੰਦੇ ਭਰਥਲੇ ਵਾਲਾ ਮੇਰੇ ਵੀਰੋ, ਇਸ ਵੀ ਕਹਿੰਦੇ ਧੰ ਧੰ ਕਰਾਵਾ ਸ਼ੱਕਾ ਤੇ ਹੈਪੀ ਸਾਹਮਣੇ ਵਾਲੀਆਂ ਕਹਿੰਦੇ ਬਾਲਾਂ ਪਾਉਂਦਾ ਮੇਰੇ ਵੀਰੋ। ਅਜੇ ਵੱਡੇ ਕਾਪਰੇ ਰੋਪੜ ਦੀ ਟੀਮ ਫਿਰ ਰਹੀ ਵਾਰਡ ਨੰਬਰ 6, ਉਹ ਕਰਨ ਹੁਣਾਂ ਨੇ ਕਹਿੰਦੇ ਵੱਡੀ ਟੀਮ ਤਿਆਰ ਕੀਤੀ ਹੈ, ਕਰਨ ਚੌਧਰੀ ਆਇਆ ਹੋਇਆ, ਅੱਗੇ ਬਾਕੀ ਅਨੀਸ਼ ਕੌਸ਼ਲ ਉਹਨਾਂ ਨੇ ਕਿਹੜੇ ਹਨ ਤਿਆਰ ਕੀਤੀ ਹੋਈ ਟੀਮ ਹੈ ਮੇਰੇ ਵੀਰ, ਤੇ ਚੱਲ ਰਹੇ ਕਿਹੜੇ ਵੱਡੇ ਹੁੰਦੇ ਨੇ ਫਰੀਦ ਦੇ ਕਿਹੜੇ ਖੇਡ ਮੇਲੇ ਦਾ, ਇੱਕ ਬੁਲਟ ਮੋਟਰਸਾਈਕਲ ਦਾ ਆ ਕਿਹੜੇ ਚੇਤੂ ਖਿਡਾਰੀਆਂ ਮੁੰਡਾ ਭਰਥਲੇ ਵਾਲਾ, ਤੇ ਗੱਲਾਂ ਬਾਤਾਂ ਕਿਹੜੇ ਫੱਟੀ ਹੋਣੀਆਂ, ਪਹਿਲੀਆਂ ਦੇ ਵਿੱਚ ਕਹਿ ਰਹੀਏ ਚੇਤਕ ਸਕੂਟਰ ਵੀ ਜਿੱਤੇ ਮੁੰਡੇ ਨੇ, ਤੇ ਨਾਮ ਕਿਹੜੇ ਚੱਲਦਾ ਖਿਡਾਰੀ ਦਾ, ਦੇ ਲੈ ਲਾਂਗੇ ਬੁਲਟ ਜਦੋਂ ਤਿੰਨ ਚੰਗੇ ਹੋਣਗੇ, ਬਿਉਂਡਾ ਚਿਰ ਯਾਰ ਜਿਹੜੀ ਚੇਤਕ ਤੇ ਲਾਉਣਗੇ, ਬਿਉਂਡਾ ਚਿਰ ਯਾਰ ਜਿਹੜੀ ਚੇਤਕ ਤੇ ਲਾਉਣਗੇ, ਚੇਤਕ ਸਕੂਟਰ ਜਿੱਤਣ ਵਾਲਾ ਆ ਕਿਹੜੇ ਖਿਡਾਰੀ ਹੈ ਭਰਥਲੇ ਵਾਲਾ। ਚੌਕਾ ਭੱਜ ਗਿਆ, ਚੌਕਾ ਭੱਜ ਗਿਆ, ਫਿਰ ਮੈਦਾਨ ਚ ਦੱਸੇ ਛੱਕਾ ਜੀ, ਛੱਕਾ ਭੱਜਿਆ, ਛੱਕਾ ਭੱਜਿਆ, ਉਹ ਗੱਲਾਂ ਲੱਗਦੀਆਂ ਕਹਿੰਦੇ ਟਿਕਾਣੇ ਲਾਡੀ ਕਹਿੰਦੇ ਵੀਰ ਆ ਸਾਡਾ ਗੋਡੀ ਪੰਜਾਬ ਪੁਲਸੀ ਹੈ, ਤੇ ਨਾਲ ਜਿੰਨੇ ਵੀ ਯਾਰ ਹੈਪੀ ਵਰਗੇ ਵੀਰ ਆ ਸਾਡੇ ਉਹਨਾਂ ਦਾ ਧੰਨਵਾਦ ਕਰਦੇ ਆ, ਤੇ ਗੱਲਾਂ ਲੱਗਦੀ ਨੇ ਟਿਕਾਣੇ ਸਾਹਮਣੇ ਵਾਲੀਆਂ ਹੈਪੀ ਕਹਿੰਦੇ ਸਾਹਮਣੇ ਵਾਲੀਆਂ ਹੈਪੀਆਂ ਮੁੰਡਾ ਜਿਹੜੇ ਲੋਧਿਆਣ ਦੀ ਗੱਲ ਜਿਹੜੀ ਕਿਹੜੇ ਫੱਟੀ ਹੁੰਦੀ ਹੈ, ਤੇ ਕਦੇ ਮੁੰਡਾ ਕਹਿ ਮੇਰੇ ਵੀਰ ਯੂ ਐਸ ਏ ਟੱਪੜੀਆਂ ਕਲੱਬ ਦੇ ਲਈ, ਕਦੇ ਰਾਣਾ ਸਾਹਿਬ ਕਲੱਬ ਦੇ ਲਈ ਕਰੇ ਹਨ ਤਗੜਾ ਬਣ ਰਿਹਾ, ਤੇ ਇੰਨੀ ਕੋਈ ਬਾਲ ਭਰਥਲੇ ਵਾਲਾ ਹੋ ਗਈ ਹੈ, ਔਰ ਸਾਹਮਣੇ ਕਹਿੰਦੇ ਗੋਲੂ ਹੈ ਭਰਥਲੇ ਵਾਲਾ, ਇਹ ਤਰਸ ਘੱਟ ਖਾਂਦਾ, ਉਹ ਛੱਕੇ ਪਾਦੇ ਆ, ਮਨੀਸ਼ ਹੋਣੀ ਮਾਣ ਕਰਦੇ ਆ,
ਬੈਠਿਆ ਕਹਿੰਦੇ ਨੇ ਵੀਰੇ ਗੱਲਾਂ ਲੱਗਦੀਆਂ ਟਿਕਾਣੇ ਪਾਲ ਪਾਣ ਵਾਲੀ ਫੇਰ ਲਓ ਸਾਹਮਣੇ ਸਾਹਮਣੇ ਵਾਲੀਆਂ ਕਿਹੜੇ ਤਿਆਰ ਹੈ ਜਿਹਨੇ ਕੱਲ ਮਿੱਟੀ ਨੀ ਨਾ ਝੜ ਦਿੱਤੀ ਆਓ ਦੇਖਣਾ ਭਰਥਲੇ ਵਾਲੇ ਨੇ ਮੂਹਰੇ ਲਾ ਲਿਆ ਇਹ ਕਿਹੜੇ ਗੋਲੂ ਮੁੰਡਾ ਭਰਥਲੇ ਵਾਲਾ ਨਾਲ ਕਿਹੜੇ ਵੱਡਾ ਕਿਹੜੇ ਖਿਡਾਰੀ ਆ ਕਿਹੜੇ ਸੁਧਾਰਪੁਰ ਕਲੱਬ ਦੇ ਲਈ ਮੁੰਡਾ ਕਿਹੜੇ ਤਗੜਾ ਖੇਡਦਾ ਤੇ ਚਰਨੇ ਕਿਹੜੇ ਵੱਡੇ ਹੁੰਦੇ ਆ ਪੈਂਦੀ ਹੋਈ ਬਾਲ ਸਾਹਮਣੇ ਵਾਲੀ ਆਓ ਬਾਲ ਨਹੀਂ ਸਿਰੇ ਦੀ ਬਾਲ ਤੇ ਰਣ ਚਾਰ ਖਿਡਾਰੀ ਨੇ ਕਿਹੜੇ ਕਿਹੜੇ ਜੋੜ ਦਿੱਤੇ ਆ ਮੈਦਾਨ ਵਿੱਚ ਚਾਰ ਸਕੋਰ ਕਹਿੰਦੇ ਜੋੜ ਦਿੱਤੇ ਨੇ ਵੀਰੋ ਜਿਹੜਾ ਕੱਲ ਦਾ ਲੋਟ ਨਹੀਂ ਨਾ ਆਇਆ ਉਹ ਕਹਿੰਦੇ ਗੋਲੂ ਨੇ ਲੋਟ ਕੀਤਾ ਪਰ ਇਹਦੀਆਂ ਬਾਲਾਂ ਦੇ ਉੱਪਰ ਨਹੀਂ ਮੁੰਡਾ ਭਰਸੇ ਨੇ ਆਹ ਬਾਲ ਤੇ ਛੱਕਾ ਵੱਜੇ ਫੇਰ ਗੱਲ ਬਣਨੀ ਆ ਮੇਰੇ ਵੀਰੋ ਮੁੰਡਾ ਧਰ ਧਰ ਕਰਵਾਈ ਜਾਂਦਾ ਔਰ ਦੂਜਾ ਕੁਆਟਰ ਜਿਹੜਾ ਖੇਡਿਆ ਜਾ ਰਿਹਾ ਮੇਰੇ ਵੀਰੋ ਅੱਧੇ ਦਿਨ ਦਾ ਔਰ ਹੈਪੀ ਦੀਆਂ ਬਾਲਾਂ ਤੇ ਗੋਲੂ ਆ ਗਿਆ ਸਾਹਮਣੇ ਗੋਲੂ ਕਿਹੜੇ ਭਰਸੇ ਵਾਲਾ ਫੇਰ ਜਿਹੜਾ ਕਿਹੜੇ ਤਿਆਰ ਆਇਆ ਸਮਰਾਲੇ ਦਾ ਕਿਹੜੇ ਇਲਾਕਾ ਮੇਰੇ ਵੀਰਾ ਤੇ ਗੱਲਬਾਤ ਕਿਹੜੇ ਆਇਆ ਨਾ ਵੱਡੀ ਹੁੰਦੀਆਂ ਕਿਹੜੇ ਖਿਡਾਰੀ ਦੀ ਔਰ ਦੂਜੇ ਪਾਸੇ ਮੁੰਡਾ ਸਾਹਮਣੇ ਵਾਲੀਆਂ ਕਿਹੜੇ ਹੈਪੀ ਗੋਲਡੀ ਦੇ ਕਿਹੜੇ ਪਿੰਡਾਂ ਦਾ ਕਿਹੜੇ ਖਿਡਾਰੀ ਆ ਐਨ ਚਰਜ ਕਿਹੜੇ ਆਇਆ ਨਾ ਵੱਡੇ ਹੁੰਦੇ ਨੇ ਇਧਰਲੇ ਪਾਸੇ ਮੁੰਡਾ ਕਿਹੜੇ ਬਾਲ ਪਾਉਂਦੇ ਨੇ ਫੇਰ ਜਿਹੜਾ ਕਿਹੜੇ ਤਿਆਰ ਪਰ ਤਿਆਰ ਹੈ ਤੇ ਜਿਸਮ ਬਚਾਉਣਾ ਪੈਂਦਾ ਹੈ ਪੇਚਾ ਕਿਹੜੇ ਫੇਰ ਕਿਤੇ ਚਰਜੇ ਹੁੰਦੇ ਜਦ ਪੇਚਦਾ ਕਿਹੜੇ ਤੇ ਰੰਗ ਦੇਖਿਆ ਨੀ ਜਾਂਦਾ ਆਹ ਗੋਰਾ ਤੇ ਕਾਲਾ ਨਾਮ ਜਾ ਕਿਹੜੇ ਬਣਾਉਣਾ ਨੀ ਸਕਾਲਾ ਦੇ ਗੱਲਾਂ ਸੱਚ ਲਿਖੇ ਜਦ ਲੁੱਪ ਪਿੰਡ ਵਾਲਾ ਨਾਮ ਜਾ ਕਿਹੜੇ ਬਣਾਉਣਾ ਨੀ ਸਕਾਲਾ ਬਾਕੀ ਮੁੰਡਾ ਬੱਲੇ ਬੱਲੇ ਕਹਿੰਦੇ ਘਰ ਆ ਗਏ ਫੇਰ ਮੈਦਾਨ ਦੇ ਵਿੱਚ ਮੇਰੇ ਵੀਰੋ ਇਸ ਨੇ ਭਾਸਲੇ ਵਾਲਾ ਧਨ ਧਨ ਕਰਵਾਈ ਜਾਂਦਾ ਛੱਕੇ ਪਾਦੇ ਆ ਬਾਲਾ ਭਾਵੇਂ ਲੱਖ ਪੈਂਦੇ ਆ ਗੱਲ ਛੱਕੇ ਚੌਕੇ ਦੇ ਅੱਗੇ ਮੁੱਕਣੀ ਗੱਲ ਗੱਲ ਛੱਕੇ ਚੌਕੇ ਦੇ ਅੱਗੇ ਮੁੱਕਣੀ ਹੈ ਬਾਲਾ ਭਾਵੇਂ ਲੱਖ ਪੈਂਦੀਆਂ ਗੱਲ ਛੱਕੇ ਦੇ ਕਿਹੜੇ ਅੱਗੇ ਮੁੱਕਣੀ ਹੈ ਲਓ ਸਾਹਮਣੇ ਸਾਹਮਣੇ ਆ ਜਾ ਮੁੰਡਾ ਕਿਹੜੇ ਹੈਪੀ ਬਾਲਾ ਪਾ ਰਿਹਾ ਭਰਥਲੇ ਵਾਲਾ ਇੱਕ ਯਾਰ ਤਾੜੀ ਮਾਰੋ ਗੋਲੂ ਦੇ ਰਾਤੇ ਜ਼ੋਰਦਾਰ ਆ ਕਿਉਂਕਿ ਕਹਿਣ ਸਾਹਮਣੇ ਵਾਲੀ ਜਿਹੜੀ ਚੋਟੀ ਦਾ ਬਲ ਰਹਿ ਨਵੀ ਤਾਏ ਦੀ ਕਿੰਨੇ ਤੇ ਛੱਡਿਆ ਕਿਆ ਬਾਤ ਹੈ ਰਵੀ ਸਰੀਮ ਬੱਤੀਆਂ ਨੇ ਛੱਡਿਆ ਪਹਿਲਾ ਓਵਰ ਤੇ 32 ਰਨ ਜਿਹੜੇ ਕਿਹੜੇ ਬਣ ਗਏ ਆ ਕਿ 32 ਬਣ ਗਿਆ ਮੇਰੇ ਵੀਰੋ ਪਹਿਲੇ ਓਵਰ ਦੇ ਵਿੱਚ 32 ਆਏ ਆ ਜਿਹੜੇ ਮਗਲੇ 5 ਰਹਿੰਦੇ ਆ ਨਾ ਉਹਨਾਂ ਵਿੱਚ ਵੀ ਇਹੀ ਕੁਝ ਹੋਣਾ ਹੈ ਖੇਡ ਦਾ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦਾ ਬੇਕੂ ਅੱਜ ਰੋਪੜ ਦੀ ਟੀਮ ਦੇ ਲਈ ਮੇਰੇ ਵੀਰੋ ਗੱਲਾਂ ਲੱਗਣੀਆਂ ਕਹਿੰਦੇ ਟਿਕਾਣੇ ਹੱਡੀ ਵਰਗੇ ਵੀਰ ਹੈ ਤੇ ਨਾਲ ਕਹਿੰਦੇ ਮੱਖਣ ਵਰਗੇ ਵੀਰ ਬੈਠੇ ਆ ਸੱਜੀਆਂ ਖੱਬੀਆਂ ਬਾਹਾਂ ਨੇ ਪੰਜਾਬ ਪੁਲਿਸ ਦੇ ਗੋਲਡੀ ਸਮਾਨਾ ਵੀਰ ਤੇ ਪੂਰੀ ਪ੍ਰਬੰਧਕ ਕਮੇਟੀ ਦਾ ਕਹਿੰਦੇ ਧੰਨਵਾਦ ਕਰਦੇ ਆ ਰਾਬਾ ਟੋਡੇ ਦੀ ਧਰਤੀ ਹੈ ਤੇ ਰਾਬਾ ਟੋਡੇ ਦੇ ਮੁੰਡੇ ਵੇਖ ਲਓ ਮੁੰਡੇ ਸੌਕ ਪਗਾਉਂਦੇ ਆ ਕਰ ਦਸਾਂ ਦੀ ਕਿਰਤ ਕਮਾਈ ਖੇਡਾਂ ਉੱਤੇ ਲਾਉਂਦੇ ਆ ਖਰੇ ਫੋਟੇ ਦੀ ਪਰਖ ਇਹਨਾਂ ਨੂੰ ਕਰਦੇ ਗੱਲ ਛੜਕਾ ਕੇ ਆਹੋ ਰਾਜੇ ਖੇਲੇ ਅਸਲੀ ਮਿੱਤਰ ਮਿਲਦੇ ਜੱਫੀਆਂ ਪਾ ਕੇ ਰਾਜੇ ਖੇਲੇ ਸੱਜੇ ਮਿੱਤਰ ਮਿਲਦੇ ਜੱਫੀਆਂ ਪਾ ਕੇ ਭਰਾਵਾਂ ਦੇ ਨਾਲ ਮਿਲ ਕੇ ਯਾਰਾਂ ਦੋਸਤਾਂ ਦੀ ਸਪੋਰਟ ਦੇ ਨਾਲ ਵੱਡਾ ਮੇਲਾ ਜਿਹੜਾ ਕਿਹੜੇ ਪਿੰਡ ਦੇ ਨਿਕਟ ਭਾਰਤ ਸ਼ਹੀਦਾਂ ਦੀ ਕਿਹੜੇ ਯਾਦ ਨੂੰ ਸਮਰਪਿਤ ਵੱਡਾ ਮੇਲਾ ਕਿਹੜੇ ਭਰਾਵਾਂ ਨੇ ਜਿਹੜਾ ਕਿਹੜੇ ਪਿੰਡ ਦੇ ਨਿਕਟ ਭਾਰਤ ਤੇ ਮਾਮਰੀ ਤੇ ਮੁਕਰਣ ਮਾਪੇ ਤੇ ਉਮਰੇ ਕਰ ਪਹਿਲਾਂ ਤੇ ਜਿਸ ਦਿਨ ਵੀਰ ਪਿਆਰੇ ਤੁਰ ਜਾਣ ਉੱਜੜ ਜਾਂਦਾ ਮੇਲਾ ਸ਼ਹੀਦ ਸਰਦਾਰ ਭਾਈ ਗੁਰਨਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਵੱਡਾ ਮੇਲਾ ਕਿਹੜੇ ਭਰਾਵਾਂ ਨੇ ਜਿਹੜਾ ਕਿਹੜੇ ਪਿੰਡ ਦੇ ਨਿਕਟ ਭਾਰਤ ਲਾ ਦੂਜੇ ਵਰਦੀਆਂ ਬਾਲਾ ਮੁੰਡਾ ਕਿਹੜੇ ਹੁਸ਼ਿਆਰਪੁਰੀਆ ਆਹ ਸਾਪਾ ਸਾਪਾ ਭਰਾ ਵੀ ਸਾਪਾ ਹਾੜੀਆਂ ਬਾਲਾ ਤੇ ਗੋਲਡ ਜਿਹੜੇ ਵੀ ਸਲੀਮ ਖੇਡ ਮੈਦਾਨ ਦੇ ਵਿੱਚ ਕਹਿੰਦੇ ਚਾਰ ਸਕੋਰ ਦੇ ਪਾਧੇ ਕਹਿੰਦੇ ਜੁੜ ਗਏ ਮੇਰੇ ਵੀਰੋ ਹਾੜੀਆਂ ਦੀ ਧਰਤੀ ਦਾ ਕਹਿੰਦੇ ਮੁੰਡਾ ਗੋਲਡੀ ਆ ਗਿਆ ਮੇਰੇ ਵੀਰੋ ਬਾਲਾ ਪਾਉਣ ਲਈ ਸੱਪ ਜਿਹੜੇ ਹੁਸ਼ਿਆਰਪੁਰ ਦਾ ਕਹਿੰਦੇ ਅੱਗੇ ਬੜੇ ਹੋਏ ਆ ਚਰਦੇ ਕਹਿੰਦੇ ਵੱਡੇ ਹੁੰਦੇ ਆ ਸਰੀਆ ਨੋਨਾ ਵੀ ਲਾ ਜਿਹੜੇ ਹੋਏ ਆ ਨਾਲੀ ਕਾਂਗਰ ਵਰਗੇ ਵੀਰ ਸਾਡੇ ਸੁਖਸਮ ਠੇਕੇਦਾਰ ਤੇ ਨਾਲ ਬਾਲ ਕਿਸ਼ਨ ਰਾਣਾ ਜੀ ਹੁਣ ਨਾਲੀ ਕਹਿੰਦੇ ਧੰਨਵਾਦ ਕਰਦੇ ਆ ਯਾਰਾਂ ਦੇ ਯਾਰਾਂ ਮੇਰੇ ਵੀਰੋ ਬਾਲ ਸਾਪਰੀ ਔਰ ਗੋਲਡੀ ਕਹਿੰਦੇ ਟ੍ਰਾਈ ਸਾਹਮਣੇ ਸਾਹਮਣੇ ਗੋਲਡੀ ਹਾੜੀਆਂ ਵਾਲਾ ਤਾੜੀਆਂ ਤਾੜੀਆਂ ਮੇਰੇ ਵੀਰੋ ਉਹ ਕਲੋਜ਼ ਫਾਈਟਰ ਕਹਿੰਦੇ ਆ
ਕਲੋਥ ਫਾਈਟਰ ਕਹਿੰਦੇ ਆ ਭਾਅ ਰਵੀ ਸਿਆ, ਉੜਦੀ ਲਾਹ ਲਈਆਂ ਮੁੰਡੇ ਨੇ ਤੇ ਹਾੜੀਆਂ ਵਾਲੇ ਨੂੰ ਕਿਹੜੇ ਮੁੜਦਾ ਪੈ ਗਿਆ ਵੀ ਕੋਈ ਮੰਗ ਲੈ ਪਿਆਰ ਨਾਲ ਜਾਣ ਲਈ ਝੱਟ ਕਰਦੀ ਅਸੀਂ ਕੁਰਬਾਨ ਨੇ ਅੱਖਾਂ ਬੰਨ ਕੇ ਨਿਸ਼ਾਨੇ ਤੀਰ ਲੋਹਣਾ ਜਾਣਦੇ ਅਸੀਂ ਉੱਡਦੇ ਪਰਿੰਦਿਆਂ ਨੂੰ ਲੋਹਣਾ ਜਾਣਦੇ ਆਹੋ ਸਾਹਮਣੇ ਰਵੀ ਨੇ ਸਰਾ ਕਰ ਦਿੱਤਾ ਆਹ ਜੀ ਅਗਲੇ ਪੱਲੇ ਬਾਅਦ ਫਿਰ ਜਲਦੀ ਗੱਲ ਭਰ ਕੇ ਪਿੰਡ ਵਾਲਾ ਖਿਡਾਰੀ ਕਹਿੰਦੇ 200 ਰੁਪਇਆ ਜਿਹੜਾ ਕਹਿੰਦੇ ਰਵੀ ਦੇ ਲਈ ਪੌਦਾ ਹੋ ਗਿਆ ਵੀ ਜਿਹੜਾ ਕੈਚ ਫੜਿਆ ਬਹੁਤ ਵਧੀਆ ਕੈਚ ਫੜਿਆ 200 ਦੇ ਵੱਡੇ ਮਾਣ ਜਿਹੜੇ ਪੌਦੇ ਹੋਏ ਆ ਰਵੀ ਦੇ ਲਈ ਕਹਿੰਦੇ ਦੇਖ ਦਿਓ ਗੋਡੀ ਭਰਾ ਸਾਡਾ ਪੰਜਾਬ ਪੁਲਿਸ ਆ ਲਾਡੀ ਵਰਗੇ ਯਾਰ ਹੈ ਖੇਡ ਮੈਦਾਨ ਦੇ ਵਿੱਚ ਮੁੰਡਾ ਬੈਟਿੰਗ ਕਰਨ ਦੇ ਲਈ ਕਹਿੰਦੇ ਰੋਪੜ ਵਾਲਾ ਸਾਹਮਣੇ ਸਾਹਮਣੇ ਰੋਪੜ ਵਾਲਾ ਐਨ ਚੱਲ ਰਹੇ ਕਿਹੜੇ ਵੱਡੇ ਆਲੂ ਨਾ ਮੁੰਡਾ ਬਾਰਿਸ਼ ਰੋਪੜ ਦੀ ਕਿਹੜੇ ਧਰਤੀ ਰਾ ਹੈ ਤੇ ਕਿਹੜੇ ਬਾਹਰ ਬਾਰਾ ਕਿਹੜੇ ਬਾਹਰ ਸੱਤ ਬੜੇ ਕਿਹੜੇ ਮਸ਼ਹੂਰ ਜੇ ਬਾਟ ਹੈ ਮੇਰੇ ਵੀਰਾ ਰੋਪੜ ਜ਼ਿਲ੍ਹੇ ਦੇ ਤੇ ਵੱਡੀਆਂ ਟੀਮਾਂ ਜਿਹੜੀਆਂ ਕਿਹੜੇ ਬਣਦੀਆਂ ਇਧਰ ਪਾਸੇ ਮੁੰਡਾ ਸੱਪ ਹਸ਼ਿਆਰਪੁਰ ਪਿੰਡ ਵਾਲਾ ਸਖਨੂਰ ਖਰੋੜ ਦੇ ਕਿਹੜੇ ਪਿੰਡ ਦੀ ਟੀਮ ਆ ਜਿਹੜੀ ਕਿਹੜੇ ਵੱਡੀ ਬਣ ਕੇ ਆਈ ਹੈ ਸਖਨੂਰ ਦਾ ਕਿਹੜੇ ਨਾਮ ਵੱਡਾ ਕਮੈਂਟਰੀ ਲੈਣ ਦੇ ਵਿੱਚ ਤੇ ਉਹ ਵੀ ਭਰਾ ਸਾਡੇ ਵੀ ਸਲੀਮ ਵਿਸ਼ੇ ਤੌਰ ਤੇ ਕਿਹੜੇ ਪੁੱਜੇ ਹੋਏ ਆ ਕਿ ਸੁਖਨੂਰ ਕਹਿੰਦੇ ਪੁੱਜੇ ਹੋਏ ਬੜਾ ਧੰਨਵਾਦ ਕਰਦੇ ਆ ਤੇ ਮੁੰਡਾ ਕਹਿੰਦੇ ਬੱਲੇ ਬੱਲੇ ਕਹਿੰਦੇ ਕਰਵਾਈ ਜਾਂਦਾ ਹੈ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਰੌਣਕਾਂ ਕਹਿੰਦੇ ਲੱਗਦੀਆਂ ਨੇ ਅਜੇ ਕਹਿੰਦੇ ਵੱਡੇ ਕੰਪਨੀਆਂ ਵੀ ਕਾਸ ਤੋਂ ਕ੍ਰਿਕਟ ਦਾ ਕਹਿੰਦੇ ਵੱਡਾ ਮੇਲੇ ਦਾ ਖੇਡੇ ਆ ਰਹੇ ਹੈ ਉਧਰੋਂ ਧੰਨਵਾਦ ਹੈ ਤੇ ਸਰਪੰਚ ਸਾਹਿਬ ਖੜੇ ਹੈ ਹੁਣ ਅਸੀਂ ਧੰਨਵਾਦ ਹੈ ਅੰਪਾਇਰ ਕਹਿੰਦੀਆਂ ਕਹਿੰਦੇ ਡਿਊਟੀਆਂ ਨਿਭਾ ਰਹੇ ਆ ਮੇਰੇ ਵੀਰੋ ਔਰ ਮੈਚ ਜਿਹੜਾ ਚੋਟੀ ਦਾ ਕਹਿੰਦੇ ਖੇਡੇ ਆ ਰਹੇ ਹੈ ਲਾਓ ਸਾਹਮਣੇ ਸਾਹਮਣੇ ਮੈਚ ਵੱਡਾ ਹੈ ਉਹ ਫਾਈਅਰ ਭਰਥ ਲੈਣ ਦੇ ਨਾਂ ਤੇ ਤਾੜੀਆਂ ਮਾਰੋ ਜ਼ੋਰਦਾਰ ਵਾਹ ਉਹ ਗੋਲੂ ਸਿਆ ਛੇੜ ਵੀ ਆਉਂਦੀ ਆ ਬੱਲੇ ਤੇ ਜਾਂਦੀ ਬਾਹਰ ਵਾਹ ਭਰਥਲੇ ਵਾਲੇ ਆ ਐਨ ਸਰਾ ਕਰਦਾ ਕਿਹੜੇ ਖਿਡਾਰੀ ਨੇ ਤੇ ਸ਼ੇਕਾ ਕਿਹੜੇ ਇੱਕ ਹੋਰ ਆ ਜਿਹੜਾ ਕਿਹੜੇ ਬੱਜ ਗਿਆ ਮੈਚ ਕਵਾਟਰ ਖੇਡੇ ਆ ਰਿਹਾ ਜਿਹੜੀ ਜਿੱਤ ਗਈ ਤੇ ਸੇਮੀ ਦੇ ਵਿੱਚ ਕਿਹੜੇ ਪ੍ਰਵੇਸ਼ ਕਰ ਜਾਣੀ ਹੈ ਲਾਡੀ ਦਾ ਵੀ ਕਿਹੜੇ ਜ਼ੋਰ ਲੱਗਿਆ ਹੋਇਆ ਐਨ ਗੋਲਡੀ ਵਰਗੇ ਭਰਾ ਨੇ ਮੱਖਣ ਸੰਧੂ ਵਰਗੇ ਤੇ ਇੰਨੀ ਹੋਈ ਬਾਲ ਆਓ ਸਾਹਮਣੇ ਰਨ ਚਾਰ ਸਕੋਰਾਂ ਨੇ ਕਿਹੜੇ ਵਾਧੇ ਲਵੀ ਸਲੀਮ ਗੋਲੂ ਦੇ ਬੱਲੇ ਜਵਾ ਗਏ ਖੇਡ ਮੈਦਾਨ ਵਿੱਚ ਚਾਰ ਸਕੋਰ ਦੇ ਕਹਿੰਦੇ ਵਾਧੇ ਜੁੜ ਗਏ ਹੈ ਜਿਹੜੇ ਹੁਸ਼ਿਆਰਪੁਰ ਵਾਲਾ ਕਹਿੰਦੇ ਸੱਪ ਬਾਲਾ ਪਾਉਂਦਾ ਮੇਰੇ ਵੀਰੋ ਚਾਚੇ ਵੱਡੇ ਹੁੰਦੇ ਆ ਨਿੰਮੇ ਵਰਗੇ ਭਰਾ ਸਾਡੇ ਪੁੱਜ ਹੋਇਆ ਕੁੱਲ ਗਿਰਾ ਲਏ ਲੱਡੂ ਵਰਗੇ ਕਹਿੰਦੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਯਾਰ ਕਹਿੰਦੇ ਮੋਢੇ ਨਾਲ ਮੋਢਾ ਜੋੜ ਕੇ ਖੜ ਰਿਹਾ ਤੇ ਵਿਸ਼ਾਲ ਉਹ ਕਹਿੰਦੇ ਭਰਾ ਪੁੱਜੇ ਹੋਏ ਹੈ ਔਖੇ ਸਮੇਂ ਦੇ ਕਿਹੜੇ ਸਾਥੀ ਆ ਭਰਾ ਸਾਡੇ ਤੇ ਚਰੇ ਕਿਹੜੇ ਵੱਡੇ ਹੁੰਦੇ ਆ ਲਾਓ ਸਾਹਮਣੇ ਪਹਿਲਾਂ ਕਿਹੜੇ ਪੈਂਦੀਆਂ ਤੇ ਮੁੰਡਾ ਸੱਪ ਸੱਪ ਹੋ ਗਈ ਮੇਰੇ ਵੀਰੋ ਭਾਉ ਗੋਲੂ ਸਿਆ ਭਾਉ ਭਾਂਜਾ ਵਾਲਿਆ ਅੱਜ ਤੇ ਕਿਹੜੇ ਦਿਲ ਗੇਤਣ ਵਾਲੀ ਗੱਲ ਕਰਦੀ ਹੈ ਹੋਰ ਦੱਸੋ ਨੀ ਕਿੰਨੇ ਤਾਇਆ ਜੀ 53 ਹੋ ਗਏ ਦੋ ਓਵਰ 53 ਬਣ ਗਏ ਇੱਕ ਕੱਲ ਆਏ ਦੋ ਓਵਰ 52 ਇੱਕ ਅੱਜ ਆਏ ਸੀਗੇ ਦੋ ਓਵਰ 52 ਤੇ ਇੱਕ ਵਧਾ ਕੇ ਇਹਨਾਂ ਨੇ ਦੋ ਓਵਰ 53 ਪਾਤੇ ਲਵੀ ਰਵੀ ਗੱਲਬਾਤ ਕਿਹੜੇ ਭਰਥਲੇ ਵਾਲੇ ਨੇ ਲਾਤੀਆ ਟਿਕਾਣੇ ਖੇਡ ਮੈਦਾਨ ਵਿੱਚ ਮੁੰਡਾ ਕਹਿੰਦੇ ਬੱਲੇ ਬੱਲੇ ਕਰਾ ਗਏ ਹੈ ਜੇ 6 ਨੇ 6 ਓਵਰ ਖੇਡ ਗਿਆ ਇਹਨੇ ਧਰ ਧਨ ਕਰਵਾ ਦੇਣੀ ਹੈ ਨਹੀਂ ਰਵੀ ਦਿੱਲੀ ਵਾਲਾ ਬੈਠਾ ਨਾ ਜਿੰਨਾ ਚਿਰ ਦਿੱਲੀ ਵਾਲਾ ਉਨਾ ਚਿਰ ਕਹਿ ਸਕਦੇ ਆਹ ਪੜਾਕੇ ਪੂਰੇ ਪੈਣਗੇ ਜੰਟ ਆ ਗਿਆ ਮੁੰਡਾ ਹੁਸ਼ਿਆਰਪੁਰ ਪਿੰਡ ਦੀ ਕਿਹੜੇ ਧਰਤੀ ਰਾ ਇੱਕ ਨਵਾਂ ਮੋਟਰਸਾਈਕਲ ਕਿਹੜੇ ਆ ਖਿਡਾਰੀ ਨੇ ਤੀੜੇ ਨੇ ਕਿਹੜੇ ਵੱਡੇ ਖੇਡ ਮੇਲੇ ਤੋਂ ਕਿਹੜੇ ਐਣ ਜਿੱਤ ਕੇ ਕਿਹੜੇ ਬੱਲੇ ਬੱਲੇ ਕਰਵਾਈ ਆ ਇੱਕ ਨਵਾਂ ਮੋਟਰਸਾਈਕਲ ਆਹ ਮੁੰਡੇ ਦੇ ਹਿੱਸੇ ਵੀ ਆਇਆ ਇਹ ਕਿਹੜੇ ਜਾਂਦਾ ਮੁੰਡਾ ਕਿਹੜੇ ਹੁਸ਼ਿਆਰਪੁਰ ਦੀ ਕਿਹੜੇ ਧਰਤੀ ਰਾ ਬਹਿਰਪੁਰ ਦੇ ਲਈ ਕਿਹੜੇ ਖਿਡਾਰੀ ਹੀ ਤਿਆਰ ਪਰਦੇ ਆ ਰਿਹਾ ਕਹਿੰਦੇ ਜਾਂਟੇ ਦੀਆਂ ਬਾਲਾਂ ਪੈਣਗੀਆਂ ਹੁਸ਼ਿਆਰਪੁਰ ਪਿੰਡ ਵਾਲਾ ਕਿਹੜੇ ਬਾਲਾਂ ਪਾਉਣ ਦੇ ਲਈ ਤਿਆਰ ਪਰ ਤਿਆਰ ਹੈ
ਜਿਨ੍ਹਾਂ ਭਰਾਵਾਂ ਦੀਆਂ ਗੱਡੀਆਂ ਸੜਕ ਦੇ ਉੱਪਰ ਖੜੀਆਂ ਨੇ ਤੇ ਮੋਟਰਸਾਈਕਲ ਖੜੇ ਆ, ਉਹਨਾਂ ਨੂੰ ਬੇਨਤੀ ਆ ਵੀ ਆਪਾਂ ਇੱਕ ਸਾਈਡ ਤੇ ਲਾਵਾਂਗੇ ਸੜਕ ਜਿਹੜੀ ਕਲੀਅਰ ਕਰਦੀ ਹੈ, ਕੋਈ ਵੀ ਗੱਡੀ ਮੋਟਰਸਾਈਕਲ ਜਿਹੜਾ ਉੱਥੇ ਨਾ ਲੱਗੇ। ਬਾਕੀ ਜ਼ਰੂਰ ਸਾਡੀ ਬੇਨਤੀ ਆਏ ਉਧਰ ਲੰਗਰ ਵੀ ਜਿਹੜਾ ਕਿਹੜੇ ਟੁੱਟ ਭਰਤ ਰਹੇ ਆ, ਗੱਲਾਂ ਬਾਤਾਂ ਕਿਹੜੇ ਫੱਟੀਆਂ, ਪਰ ਮੈਨੂੰ ਲੱਗਦਾ ਇਹ ਘਰਾਂ ਤੋਂ ਆਏ ਲੰਗਰ, ਪਰ ਦੂਜੇ ਪਾਸੇ ਮੁੰਡਾ ਐਂਡ ਆਊਟ ਹੋ ਕੇ ਵਾਪਸ ਆਏ ਆਨੰਦਪੁਰ ਜਾ ਕੇ ਪਿੱਕੂ ਆ ਗਿਆ ਮੁੰਡਾ, ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਬੜੀ ਇਤਿਹਾਸਿਕ ਨਗਰੀ ਹੈ, ਧੰਨ ਧੰਨ ਬਾਬਾ ਨਿਰਵੀਰ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੀ ਵਸਾਈ ਹੋਈ ਕਿਹੜੇ ਨਗਰੀ ਹੈ, ਤੇ ਨਾਲ ਕਿਹੜੇ ਨੂਰਪੁਰ ਬੇਦੀ ਧੰਨ ਧੰਨ ਬਾਬਾ ਜਿੰਨਾ ਦੀ ਸ਼ਹੀਦ ਆ ਉਹਨਾਂ ਦੀ ਕਿਹੜੇ ਵਸਾਈ ਹੋਈ ਨਗਰੀ ਹੈ, ਤੇ ਇਲਾਕੇ ਦੇ ਵੀ ਕਿਹੜੇ ਹਨ ਨਿਰਵੀਰ ਫੱਟੀ ਕਿਰਪਾ ਹੈ, ਤੇ ਮੁੰਡਾ ਕਿਹੜੇ ਆਨੰਦਪੁਰ ਲੜੀ ਸਲੀਮ ਬਿੱਕੂ ਆ ਗਿਆ ਨਗਰ ਦਾ, ਵਾਹ ਮੁੰਡਾ ਕਹਿੰਦੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਦਾ ਕਹਿੰਦੇ ਬਿੱਕੂ ਹੈ, ਉਹ ਕਹਿੰਦੇ ਚਰਚੇ ਹੁੰਦੇ ਵੱਡੇ, ਔਰ ਕਹਿੰਦੇ ਮੇਰੇ ਸੀਨੀਅਰ ਪਲੇਅਰ ਹੈ ਪੁਰਾਣਾ ਖੁੰਡ ਹੈ, ਕਿਹੜੀਆਂ ਗੱਲਾਂ ਹੁੰਦੀਆਂ ਨੇ ਟਕਾਰੇ ਅੱਜ ਵੱਡੇ ਕੰਪਨੀਆਂ, ਆਹ ਮੁੰਡਾ ਵੀ ਕਹਿੰਦੇ ਤਗੜਾ ਮੱਲ ਹੈ ਕਿ ਬਾ ਕੇ ਤਗੜਾ ਮੱਲ ਹੈ ਸਾਡੀ ਖੇਡ ਦਾ, ਇਹ ਕਿਹੜੇ ਬਿੱਕੂ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਦਾ ਪੈਂਦੀਆਂ ਫਲਾਂ ਦਾ ਕਿਹੜੇ ਸਾਹਮਣਾ ਕਰਨ ਲਈ ਖਿਡਾਰੀ ਜਿਹੜਾ ਕਿਹੜੇ ਤਿਆਰ ਬਾਰ ਤਿਆਰ ਹੈ, ਤੇ ਬਾਜਾ ਬਾਲੇ ਨੇ ਆਨੰਦਪੁਰ ਛੱਡ ਦਿੱਤਾ, ਬਾਦ ਕਿਤੇ ਪਾਸੇ ਨੇ ਘੋੜਾ ਕਿਤੇ ਪਾਸੇ, ਚਾਰ ਪੁੱਤ ਸੀ ਦੇਸ਼ ਕੌਮ ਤੋਂ ਬਾਹਰ ਦਿੱਤੇ, ਥੋੜਾ ਖੁਨ ਡੋਲਿਆ ਕਿਤੇ ਪਾਸੇ ਤੇ ਥੋੜਾ ਕਿਤੇ ਪਾਸੇ, ਫਿਰ ਮਾਛੀ ਬਾੜੇ ਦੇ ਜੰਗਲ ਵਿੱਚ ਆਣ ਸੁੱਤਾ, ਜੋੜਾ ਕਿਤੇ ਪਾਸੇ ਨੇ ਘੋੜਾ ਕਿਤੇ ਪਾਸੇ, ਕਲਗੀ ਕਿਤੇ ਪਾਸੇ ਤੇ ਜੋੜਾ ਕਿਤੇ ਪਾਸੇ, ਮੁੰਡਾ ਕਿਹੜੇ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਦਾ, ਬੜੀ ਇਤਿਹਾਸਿਕ ਨਗਰੀ ਆ, ਪਰ ਜਾਟਾ ਮੁੰਡਾ ਲੜੀ ਸਲੀਮ ਇੱਕ ਮੋਟਰਸਾਈਕਲ ਦਾ ਜੇਤੂ ਹੈ, ਮੋਟਰਸਾਈਕਲ ਦਾ ਕਹਿੰਦੇ ਜੇਤੂ ਵਾਲਾ ਪਾਉਂਦਾ ਮੇਰੇ ਵੀਰੋ, ਜਿਹੜਾ ਸਾਹਮਣੇ ਖੜਾ ਇਹ ਲੋਕਾਂ ਦੇ ਦਿਲ ਜਿੱਤੇ ਹੈ, ਜਿਹੜਾ ਸਾਹਮਣੇ ਖੜਾ ਨੇ ਲੋਕਾਂ ਦੇ ਦਿਲ ਜਿੱਤੇ ਹੈ, ਉਹ ਚਾਚੇ ਕਹਿੰਦੇ ਵੱਡੇ ਹੁੰਦੇ ਆ ਗੱਲਾਂ ਲੱਗਦੀਆਂ ਕਹਿੰਦੇ ਟਿਕਾਣੇ ਆਪਦੇ ਵੱਡੇ ਕੱਪੜੇ, ਉਧਰੋਂ ਮਾਣ ਬਾਈ ਕਹਿੰਦਾ ਵੀ ਬੇਗੂ ਦੇ ਤਿੰਨ ਛਿੱਕੇ ਲਗਾਤਾਰ ਰੁਪਈਆ 500 ਕਰ ਦੇ ਸਾਹਮਣੇ, ਰੁਪਈਆ ਕਿਹੜੇ 500 ਦੇ ਧਰਾਵੇਗਾ, ਮਾਣ ਦੇ ਨਾਲ ਕਿਹੜੇ ਯਾਰੀ ਹੈ, ਤੇ ਮਾਣ ਦੀ ਸੋਣ ਦੀ ਗੱਲਬਾਤ ਵੀ ਕਿਹੜੇ ਹਨ ਵੱਖਰੀਆਂ ਮੇਰੇ ਵੀਰ, ਤੇ ਗੱਲਾਂ ਵੀ ਉਹਨਾਂ ਦੀਆਂ ਹੁੰਦੀਆਂ ਜਿਨ੍ਹਾਂ ਵਿੱਚ ਕੋਈ ਗੱਲਬਾਤ ਹੁੰਦੀ ਹੈ, ਤੇ ਗੱਲਾਂ ਵੀ ਉਹਨਾਂ ਦੀਆਂ ਹੁੰਦੀਆਂ ਜਿਨ੍ਹਾਂ ਵਿੱਚ ਕੋਈ ਗੱਲਬਾਤ ਹੁੰਦੀ ਹੈ, ਉਹ ਚਾਚੇ ਕਹਿੰਦੇ ਵੱਡੇ ਹੁੰਦੇ ਆ, ਸਿੰਗਲ ਭਾਰਤ ਆ ਗਿਆ ਫੇਰ, ਜਿਹਦਾ ਖਤਰਾ ਜੋ ਆਓ, ਜਿਹਦਾ ਖੋਫ ਹੈ ਜਿਹਦਾ ਡਰ ਹੈ, ਜਿਹਦਾ ਖੋਫ ਹੈ ਜਿਹਦਾ ਡਰ ਹੈ, ਆਓ ਭਰਥਲੇ ਵਾਲਾ ਮੁੰਡਾ ਕਿਹੜੇ ਗੋਲੂ ਆ ਗਿਆ ਮੇਰੇ ਵੀਰ, ਪੈਂਦੀਆਂ ਫਲਾਂ ਨਾਲ ਕਿਹੜੇ ਸਾਹਮਣਾ ਕਰਦੇ ਨੇ ਖਿਡਾਰੀ, ਜਿਹੜਾ ਕਿਹੜੇ ਤਿਆਰ ਹੈ, ਟੱਕਰ ਜਾਂਟੇ ਦੇ ਨਾਲ ਹੋ ਗਈ ਆ, ਇੱਕ ਪਾਸੇ ਪਿੰਡ ਵਾਲਾ ਤੇ ਦੂਜੇ ਪਾਸੇ ਕਿਹੜੇ ਬਾਹਰ ਵਾਲਾ, ਤੇ ਜਦ ਲੋਹਾ ਕੱਟੇ ਲੋਹੇ ਨਾ ਫਿਰ ਭਾਂਬੜ ਵਜੇ ਯਾਰਿਆ ਨਾ, ਵੀਰਾ ਜੇ ਖੇਲੇ ਹੌਸਲੇ ਦੀ ਚਿੱਤ ਹੁੰਦੀ, ਹਾਂ ਮੁੱਲ ਪੈਂਦਾ ਨੀ ਫੋਕੇ ਲੜਕਾਰਿਆ ਨਾ, ਮੁੰਡਾ ਕਹਿੰਦੇ ਇਸ ਨੇ ਕਹਿੰਦੇ ਪਾਲਾ ਬੰਦ ਨੀ ਜਾਂਟਾ ਕੇ ਬਣਿਆ ਹੋਇਆ ਪੈਗੀ ਬਾਲ, ਆਓ ਭਰਥਲੇ ਵਾਲਾ ਅੱਜ ਤੇ ਕਿਹੜੇ ਲੋਟੇ ਨੀ ਆ ਰਿਹਾ, ਜਿਹੜੀ ਬੱਲੇ ਤੇ ਆਉਂਦੀ ਆ ਤੇ ਜਾਂਦੀ ਬਾਹਰ, ਜਾਂਦੀ ਬਾਹਰ ਛੱਕਾ ਕਰਾ ਵਧਿਆ, ਉਹ ਮੁੰਡੇ ਨੇ ਸ਼ਰਾ ਕਰਵਾਤਾ ਕਿ ਤਾਰੀ ਮੋਰੇ ਬੋਲੂ ਦੇ ਦੀ, ਔਰ ਮੁੰਡੇ ਨੇ 50 ਬਣਾ ਦਿੱਤੀ ਲੈਣੀ ਵਿਸ਼ਾਲ, 50 ਸਕੂਟਲੇ ਬਣਾ ਦਿੱਤੇ ਭਰਥਲੇ ਵਾਲੇ, ਦਿਲ ਕਿਥਲੇ ਆ ਜਦੋਂ ਜਦ ਵੀ ਆਹ ਇਲਾਕੇ ਦੇ ਵਿੱਚ ਖੇਡਣਾ, ਤੇ ਮੁੰਡੇ ਨੇ ਕਿਹੜੇ ਸ਼ਰਾ ਕਰਵਾਇਆ, ਪੈਂਦੀ ਹੋਈ ਬਾਲ, ਪਰ ਦੂਜੇ ਪਾਸੇ ਕਿਹੜੇ ਬਾਲ, ਜਿਹੜੀ ਕਿਹੜੇ ਚੋਟੀ ਦੀ ਆਨੰਦ ਭਰੀਆ ਫਿੱਕੂ ਆ ਗਿਆ ਨਹੀਂ, ਪਰ ਮੈਨੂੰ ਲੱਗਦਾ ਓਵਰ ਸਮਾਪਤ, ਮਾਟਾ ਸਰਪੰਚ ਨੇ ਸਾਡੇ 3 ਓਵਰ ਸਮਾਪਤ, ਠਾਠ ਬਣ ਗਏ 3 ਓਵਰ ਸਮਾਪਤ ਤੇ ਠਾਠ ਬਣ ਗਏ, ਔਰ ਆਏਗਾ ਕਹਿੰਦੇ ਫੇਰ ਸਟ੍ਰੈਕ ਦੇ ਉੱਪਰ ਗੋਲੂ, ਕਹਿੰਦੇ ਨੇ ਵੀਰੋ ਭਰਥਲੇ ਵਾਲਾ ਮੁੰਡਾ ਕਹਿੰਦੇ ਖੇਡੇਗਾ, ਕਰਦੇ ਹੁੰਦੇ ਆ ਵੱਡੇ, ਮਨੀਸ ਹੁਣੀ ਮਾਣ ਕਰਦੇ ਆ ਤੇ ਦਿੱਲੀ ਵਾਲਾ ਮਾਣ ਕਰਦੇ ਜੀ ਫੇਰ ਦੇ ਉੱਪਰ, ਔਰ ਨੂਰਪੁਰ ਬੇਦੀ ਵਾਲੇ ਮੋਨੂ ਦੇ ਨਾਲ
ਦਾਦਾ ਕਹਿੰਦੇ ਪਿਆਰ ਹੈ ਮੇਰੇ ਵੀਰੇ, ਫੈਮਿਲੀ ਪਲੇਅਰ ਕਹਿ ਦਈਏ, ਚਰਚੇ ਵੱਡੇ ਹੋਏ ਅੱਗੇ ਚੱਲ ਰਹੇ ਕਿਹੜੇ ਵੱਡੇ ਨੇ ਇਹ ਤਿੰਨ ਨੰਬਰ ਠਾਠ ਬਣ ਗਏ ਤਿੰਨ ਤਾਓ ਜੀ, ਤਿੰਨ ਨੰਬਰ ਦੇ ਠਾਠ ਰਾਣਾ ਜਿਹੜੇ ਕਿਹੜੇ ਬਣੀਏ ਨੇ, ਔਰ ਚੌਥੇ ਨੰਬਰ ਦੀਆਂ ਕਿਹੜੇ ਬਾਲਾਂ ਜਿਹੜੀਆਂ ਕਿਹੜੇ ਪੈਣਗੀਆਂ। ਸੱਪ ਫੇਰ ਆ ਗਿਆ, ਆਓ ਸੱਪ ਫੇਰ ਆ ਗਿਆ, ਪਰ ਭਰਥਲੇ ਵਾਲਾ ਸਿਰੀ ਕੁੱਟਣ ਨੂੰ ਫਿਰਨਾ। ਹਾਲੀ ਉਧਰੋਂ ਮੋਟਰਸਾਈਕਲ ਦੀ ਸਪਲੈਂਡਰ ਦੀ ਚਾਬੀ ਡਿੱਗੀ ਆ, ਜੇ ਕਿਸੇ ਨੂੰ ਮਿਲ ਗਈ ਜ਼ਰੂਰ ਪਹੁੰਚਾ ਦਿਓ, ਚਾਬੀ ਮਿਲ ਜੂ, ਜੇ ਮੋਬਾਈਲ ਹੁੰਦਾ ਉਹ ਨਹੀਂ ਸੀ ਮਿਲਣਾ, ਨਵੀਂ ਚਾਜਾ ਲਿਆ। ਹਾਂ ਚਾਬੀ ਮਿਲ ਜਾਣੀ ਹੈ, ਚੱਕਰੀ ਨਾ ਮਨ, ਜੇ ਕਿਤੇ ਫੋਨ ਫਾਨ ਹੁੰਦਾ ਉਹ ਨਹੀਂ ਸੀ ਮਿਲਣਾ, ਪਰ ਗੱਲਾਂ ਹੁੰਦੀਆਂ ਨੇ ਤੇ ਸਾਹਮਣੇ ਸਾਹਮਣੇ ਗੱਲਾਂ ਕਿਤੇ ਫੱਟੀਆਂ ਹੁੰਦੀਆਂ। ਸੱਪ ਦੀਆਂ ਬਾਲਾਂ, ਮੁੰਡਾ ਕਿਤੇ ਹੁਸ਼ਿਆਰਪੁਰ ਪਿੰਡ ਦੀ ਕਿਹੜੇ ਧਰਤੀ ਦਾ ਹੈ, ਨਯਨ ਗੱਭਰੂ ਕਿਹੜੇ ਬਾਲਾ ਭਾ ਰਹੇ ਆ, ਬੇ ਪੈਰ ਪੱਟਣ ਗੱਭਰੂ, ਧਰਤੀ ਹਿਲਦੀ ਧਰਤੀ ਹਿਲਦੀ, ਇਹ ਖੇਡ ਤਾਕਤਾਂ ਦੀ ਨਾਲੇ ਹੈਗੀ ਆ ਵੱਡੇ ਦਿਲ ਦੀ, ਇਹ ਖੇਡ ਤਾਕਤਾਂ ਦੀ ਨਾਲੇ ਹੈਗੀ ਆ ਵੱਡੇ ਦਿਲ ਦੀ। ਸਭ ਸਾਹਮਣੇ ਬਾਲ ਪੁਣ ਦੇ ਫੇਰ, ਖਿਡਾਰੀ ਕਿਹੜੇ ਤਿਆਰ ਹੈ, ਕਰ ਲਓ ਖੱਪਾ ਸੱਜਾ। ਜ਼ਰੂਰੀ ਹੈ ਆਰਾਮ ਵੀ ਮਿਲਣਾ ਚਾਹੀਦਾ ਸੰਦਾਂ ਨਾਲ, ਪਰ ਸਾਹਮਣੇ ਆਹ ਸ਼ੇਕਾ ਜਿਹੜਾ ਕਿਹੜੇ ਵੱਜ ਗਿਆ, ਜਾਂ ਕਿਹੜੇ ਭਰਥਲੇ ਬਣਾ ਕਿਹੜੇ ਖੋਲੋ, ਮੁੰਡਾ ਕਿਹੜੇ ਹੈ ਨਾ ਸਿਰਾ ਕਰਵਾ ਰਿਹਾ ਚੋਰ, ਜਿਹੜਾ ਕਿਹੜੇ ਪੂਰਾ ਲਾ ਰਿਹਾ ਹੈ ਨਹੀਂ। ਸੰਧੂ ਸਾਹਿਬ, ਸੰਧੂ ਜੀ, ਹਾਂ ਜਨਰੇਟਰ ਬੰਦ ਕਰਨਾ, ਦੋ ਕੁ ਮਿੰਟ ਕਰ ਦਈਏ। ਹਾਂ ਉਹਦਾ ਹੀ ਬੰਦ ਹੋਇਆ, ਚੱਲ ਰਹੇ ਕਿਹੜੇ ਵੱਡੇ ਕਰਨੇ ਪੈਣਾ ਬੰਦ ਜਨਰੇਟਰ। ਹਾਂ ਉਹ ਗੋਲੂ ਸਹੀ ਕਿਹਾ ਯਾਰ, ਤਾੜੀ ਮਾਰੋ ਮੁੰਡੇ ਦੇ ਨਾਂ ਤੇ ਜ਼ੋਰਦਾਰ। ਹਾਂ ਉਹ ਭਰਥਲੇ ਵਾਲਿਆ ਕਿਹੜੇ ਹੈ ਨਾ, ਬੇਰੇ ਬੇਰਾ ਕਿਰਪਾ ਦੀਏ ਖਿਡਾਰੀ ਨੇ। ਫੇਰ ਮੈਦਾਨ ਵਿੱਚ ਬਾਲ ਪਾਉਣ ਲਈ ਫੇਰ ਮੈਦਾਨ ਕਹਿੰਦੇ ਤਿਆਰ ਪਰ ਤਿਆਰ ਹੈ ਮੇਰੇ ਵੀਰੋ। ਇਸ ਸਮੇਂ ਕਹਿੰਦੇ ਬਾਲਾਂ ਪੈਂਦੀਆਂ ਨੇ,
ਮੁੰਡਾ ਹੁਸ਼ਿਆਰਪੁਰੀਆ ਕਹਿੰਦੇ ਬਾਲਾ ਪਾਉਂਦਾ ਹੈ ਕਹਿੰਦੇ ਸ਼ਾਰਟ ਖੇਡ ਮੈਦਾਨ ਦੇ ਵਿੱਚ ਇੱਕ ਜਾਂ ਦੋ ਖਲ ਸਮੇਂ ਦੀ ਹੋਣੀ ਹੈ ਹੈਲੋ ਚਾਰ ਓਵਰ 81 ਬਣ ਗਏ 84 81 ਰਨ ਕਿਆ ਬਾਤ ਹੈ ਚਾਰ ਓਵਰ ਦੇ ਕਿਹੜੇ 81 ਬਣ ਗਏ ਨੇ ਹਾਂ ਤਾਇਆ ਜੀ ਰੋਟੀ ਖਾਂਦੇ ਆ 81 ਬਣ ਗਏ ਬਹੁਤ ਬੜਾ ਧੰਨਵਾਦ ਸਾਗ ਵਰਗੇ ਭਰਾ ਸਾਡੇ ਸੱਤ ਨੂੰ ਕਿਹੜੇ 8 ਤਰੀਕ ਆਉਣੀਆਂ ਹੈ ਅੰਡਰ ਦਾ ਕਿਹੜੇ ਵੱਡਾ ਮੇਲਾ ਕਰਾਉਣਾ ਕਿਹੜੇ ਭਰਾਵਾਂ ਨੇ ਪਹਿਲਾਂ ਆਪਣੇ ਦੇ 11 ਦੂਜੇ ਕਿਹੜੇ ਆਏ ਨਾ 81 ਤੋਂ 71 ਸੌ ਦੇ ਕਰੀਬ ਆਉਣਾ ਇੱਕ ਪਿੰਡ ਕਿਹੜੇ 2 ਵਾਰ ਰੱਖੇ ਭਰਾ ਸਾਡੇ 2002 ਸਾਲ ਰੱਖੇ ਕਿਹੜੇ ਆਏ ਨਾ ਵੱਡਾ ਮੇਲਾ ਕਰਾਉਣਗੇ ਇਸੇ ਗਰਾਊਂਡ ਦੇ ਵਿੱਚ ਔਰ ਸਮੇਂ ਤੋਂ ਵਰਗੇ ਭਰਾ ਸਾਡੇ ਨਾਲ ਖੇੜੇ ਵਾਲੇ ਕਿਹੜੇ ਭਰਾ ਨੇ ਸਾਡੇ ਲਓ 4 ਓਵਰ ਤੇ 81 ਬਣ ਗਿਆ ਮੋਟੂ ਸੋਹੀ ਆ ਗਿਆ ਮੁੰਡਾ ਕਿਹੜੇ ਹੁਸ਼ਿਆਰਪੁਰ ਪਿੰਡ ਵਾਲਾ ਬੈਲਪੁਰ ਦੇ ਕਿਹੜੇ ਖਿਡਾਰੀ ਜਿਹੜਾ ਕਿਹੜੇ ਤਿਆਰ ਹੈ ਸਾਹਮਣੇ ਭਰਥਰੇ ਵਾਲਾ ਬੱਲੇ 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 ਹੋ ਗਈ ਕਮਾਲ ਮੇਰੇ ਵੀਰੋ ਔਰ ਸਾਹਮਣੇ ਕਹਿੰਦੇ ਗੋਲੂ ਆਏ ਭਰਥਰੇ ਵਾਲਾ ਜਿੰਨਾ ਡਿੱਗ ਖੜਾ ਨਹੀਂ ਗੋਲੂ ਠਾ ਠਾ ਕਰਾਣੀ ਬਣੀਆਂ ਨੌਜਵਾਨਾਂ ਕਿਉਂਕਿ 4 ਓਵਰਾਂ ਦੇ 81 ਬਣੇ ਆ ਕੁਝ ਖਾਸ ਨਹੀਂ ਹੋਇਆ ਜਿਹੜੀਆਂ ਕਿਹੜੇ ਭਰ ਕੇ ਖੇਡਦੀਆਂ ਕਿਉਂਕਿ ਕਲੋਜ ਫਾਈਟਰ ਵੀ ਖੇਡਣਾ ਜਦੋਂ 120 ਦੇ ਉੱਪਰ ਹੋਣਾ ਫਿਰ ਤੇ ਚੱਲਦਾ ਚੱਲਣਾ ਪਰ ਹੁਣ ਤੇ ਭਰਥਲੇ ਵਾਲਾ ਚੱਲਣਾ ਖੜ ਜਾਓ ਕਹਿੰਦਾ ਸਿੰਗਲ ਨਹੀਂ ਪਾਇਆ ਖੜ ਜਾ ਕਹਿੰਦਾ ਮਹੀ ਹੇਡੂ ਰਹਿੰਦੀਆਂ ਬਾਲਾਂ ਮੇਰੇ ਵੀਰੋ ਖੇਡ ਮੈਦਾਨ ਵਿੱਚ ਹੋਲੂਆ ਕਹਿੰਦੇ ਭਰਥਲੇ ਵਾਲਾ ਬਾਲਾ ਪਾਉਣ ਲਈ ਕਹਿੰਦੇ ਹੁਸ਼ਿਆਰਪੁਰ ਪਿੰਡ ਵਾਲਾ ਨੋਇਨ ਕਹਿੰਦੇ ਅੱਗੇ ਵਧੇ ਹੋਏ ਮੇਰੇ ਵੀਰੋ ਰੱਬ ਡੋਡੇ ਦੀ ਧਰਤੀ ਵੱਡਾ ਕਹਿੰਦੇ ਕੱਪ ਸਾਹਮਣੇ ਵੱਡਾ ਕੱਪ ਇੱਕ ਕੁਆਟਰ ਮੈਚ ਹੈ ਦੋਨੇ ਟੀਮਾਂ ਕਿਹੜੇ ਵੱਡੀਆਂ ਨੇ ਪਰ ਇੱਧਰ ਪਾਸੇ ਪੈਂਦੀਆਂ ਬਾਲ ਨੋ ਬਾਲ ਦੇ ਕਿਹੜੇ ਕਿਹੜੇ ਇਸ਼ਾਰੇ ਹੈਗੇ ਆ ਨੋ ਬਾਲ ਦੇ ਕਿਹੜੇ ਕਿਹੜੇ ਫੈਸਲੇ ਅੰਪਾਇਰਾਂ ਨੇ ਬਲੀਆਂ ਹੋ ਚੁੱਕੇ ਆ ਤੇ ਮੁੰਡਾ ਕਿਹੜੇ ਫਰੀਏ ਦਬਾਲ ਪੜਨ ਲਈ ਫੇਰ ਜਿਹੜਾ ਕਿਹੜੇ ਤਿਆਰ ਪਰ ਤਿਆਰ ਹੈ ਹੇਡ ਮੈਦਾਨ ਵਿੱਚ ਕਹਿੰਦੇ ਤਿਆਰ ਪਰ ਤਿਆਰ ਹੈ ਖੜੀਏ ਜੀ ਖੜੀਏ ਖੜ ਜਾਓ ਗਿਰਾ ਫਰੀ ਹਿੱਟ ਬਾਲ ਜਿਹੜੀ ਪਵੇਗੀ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਗੋਲੂ ਨਾਮ ਹੈ ਮੁੰਡੇ ਦਾ ਭਰਸਾ ਪਿੰਡ ਇੱਕ ਬੁਲਟ ਮੋਟਰ ਜਿੱਤ ਕੇ ਕਹਿੰਦੇ ਬੱਲੇ ਬੱਲੇ ਕਰਾਈਆਂ ਨਗਦ ਵਾਸੀਆਂ ਦਾ ਜੇਤੂ ਆਹ ਮੁੰਡਾ ਜਦੋਂ ਜਦੋਂ ਵੀ ਖੇਡਦਾ ਤੈਨੂੰ ਖੇਡਦਾ ਮੇਰੇ ਵੀਰੇ ਜ਼ੋਰ ਲਾ ਕੇ ਖੇਡਦਾ ਟੀਮ ਦੇ ਲਈ ਆਹ ਮੁੰਡਾ ਬੱਲੇ ਬੱਲੇ ਕਹਿੰਦੇ ਕਿਹੜੇ ਵੱਡੇ ਨੇ ਲੈ ਵੀ ਸਗਨੂਰਿਆ ਖੜੀਏ ਖੜੀਏ ਸਮਾਂ ਘੱਟ ਹੈ ਉੱਤੇ ਵਾਲੇ ਦਾ ਪਤਾ ਕੋਈ ਨੀ ਥਿਣ ਵੀ ਕਿਹੜੇ ਹੈ ਨਾ ਜਿਹੜੇ ਕਿਹੜੇ ਬਰਸਾਤਾਂ ਨੇ ਕਿਹੜੇ ਚੱਲ ਰਹੇ ਆ ਲਓ ਸਾਹਮਣੇ ਬਾਲ ਪੜਨ ਦੇ ਲਈ ਖਿਡਾਰੀ ਫੇਰ ਜਿਹੜਾ ਕਿਹੜੇ ਤਿਆਰ ਹੈ ਮੋਟੂ ਸੋਹੀ ਦੀਆਂ ਕਿਹੜੇ ਬਾਲਾਂ ਜਿਹੜੀਆਂ ਕਿਹੜੇ ਪੈਂਦੀਆਂ ਨੇ ਔਰ ਦੂਜੇ ਪਾਸੇ ਕਿਹੜੇ ਭਰਥਲੇ ਵਾਲਾ ਗੋਲੂ 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 ਨਵੀ ਸਲੀਮ ਦੇਖ ਬੱਲੇ ਕਰਾ ਗਿਆ ਛੱਕਾ ਕਹਿੰਦੇ ਡੋਬਦਾ ਮਾਰ ਗਿਆ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਚਰਚੇ ਹੁੰਦੇ ਆ ਵੱਡੇ ਜਿੰਨਾ ਚੱਕੇ ਫੜ ਕਹਿ ਸਕਦੇ ਆ ਵੀ 100 ਤੋਂ ਪਾਰ ਦੀਆਂ ਗੱਲਾਂ ਲੱਗਣਗੀਆਂ ਮੇਰੇ ਵੀਰੋ ਬਾਲਾ ਪੜ ਲਈ ਫੇਰ ਨੋਇਆ ਕਹਿੰਦੇ ਤਿਆਰ ਪਰ ਤਿਆਰ ਸਾਹਮਣੇ ਸਾਹਮਣੇ ਜਦ ਤੱਕ ਖੜਾ ਇਹਨੇ ਕਿਹੜੇ ਸਾਰੀਆਂ ਟਪਾ ਦੇਣੀਆਂ ਇਹ ਕਿਹੜੇ ਭਰਥਲੇ ਵਾਲਾ ਪੈਣੀ ਹੋਈ ਬਾਲ ਆਹ ਹੋ ਗਈ ਕਮਾਲ ਤੇ ਸ਼ੇਕਾ ਕਿਹੜੇ ਇੱਕ ਹੋਰ ਜਿਹੜਾ ਮੁੰਡੇ ਨੇ ਕਿਹੜੇ ਕਮਾਲ ਦਾ ਮਾਰ ਦਿੱਤਾ ਮੋਟੂ ਸੋਈ ਦੀਆਂ ਬਾਲਾਂ ਜਦੋਂ ਨੋ ਪਈ ਨਾ ਉਹ ਤੋਂ ਬਾਅਦ ਭਰਥਲੇ ਵਾਲੇ ਨੇ ਕਿਹੜੇ ਪਿੱਛੇ ਮੁੜ ਕੇ ਨੀ ਦੇਖਿਆ ਤੇ ਸ਼ੇਕੇ ਕਿਹੜੇ ਤੋਂ ਨਾਲ ਦੇ ਨਾਲ ਕਿਹੜੇ ਮਾਰਦੇ ਆ ਅਗਲੀ ਲਈ ਬਾਲ ਪੁਰਨ ਦੇ ਲਈ ਖਿਡਾਰੀ ਫੇਰ ਜਿਹੜਾ ਕਿਹੜੇ ਤਿਆਰ ਪਰ ਤਿਆਰ ਹੈ ਕੱਪ ਵੱਡਾ ਲਾਡੀ ਵਰਗੇ ਗੋਲਡੀ ਵਰਗੇ ਵੱਡੇ ਵੀਰ ਨੇ ਮੱਖਣ ਸੰਧੂ ਵਰਗੇ ਗੱਗੂ ਵਰਗੇ
ਪੰਬੂ ਵਰਗੇ ਮਰੀਤ ਵਰਗੇ ਭਰਾ ਸਾਡੇ ਸਾਰੇ ਵੀਰਾਂ ਨਾਲ ਕਿਹੜੇ ਹਨ ਪਿੱਛੇ ਤੁਰਦੇ ਧੰਨਵਾਦ ਹੈ ਧੰਨਵਾਦ ਕਰ ਰਹੇ ਹਾਂ ਲਾਡੀ ਵਰਗੇ ਵੀਰ ਹੋ ਸਾਡੇ ਇਹਨਾਂ ਦਾ ਧੰਨਵਾਦ ਹੈ ਮਾਣ ਦੀ ਸੌਣ ਲੱਗੀ ਹੋਈ ਹੈ ਫੇਰ ਮੈਦਾਨ ਵਿੱਚ ਫਾਲ ਪਾਉਣ ਵਾਲੀ ਫੇਰ ਨੌਜਵਾਨ ਕਿਤੇ ਅੱਗੇ ਵਧੇ ਹੋਏ ਹੈ ਤੇ ਭਰਸ ਲਿਆ ਫੇਰ ਬੱਲੇ 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 ਭਾਉ ਭਰਥਲੇ ਬੜੇ ਆ ਬਹਿਰੇ ਬਹਿਰੇ ਮੁੰਡੇ ਨੇ ਕਰਵਾ ਦਿੱਤੀ ਰਣ ਜਿਹੜੇ ਕਿਹੜੇ ਚਾਰ ਖਿਡਾਰੀ ਨੇ ਆਪਣੀ ਟੀਮ ਨੇ ਸਗੜੇ ਕਿਹੜੇ ਜੋੜ ਦਿੱਤੇ ਦਰਸ਼ਕ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਹੜੇ ਦੂਰੋਂ ਦੂਰੋਂ ਕਿਹੜੇ ਪੁੱਜਦੇ ਆ ਰਹੇ ਆ ਵੀ ਦੁਨੀਆ ਪਹੁੰਚੀ ਜਾਂਦੀ ਹੈ ਨੇੜੇ ਦੂਰੋਂ ਹਮਾ ਕੇ ਵੀ ਸਿੰਘ ਫਸ ਗਏ ਕੁੱਡੀਆਂ ਨੇ ਮਿੱਤਰਾ ਪਹਿਰਾ ਗੋਡੀ ਲਾ ਕੇ ਆਹੋ ਮਿੱਤਰਾ ਪਹਿਰਾ ਗੋਡੀ ਲਾ ਕੇ ਆਹੋ ਸਾਹਮਣੇ ਪਾਲ ਪਾਲ ਲਈ ਫੇਰ ਮੁੰਡਾ ਕਹਿੰਦੇ ਤਿਆਰ ਪਰ ਤਿਆਰ ਤੇ ਸਾਹਮਣੇ ਕਹਿੰਦੇ ਮੁੰਡਾ ਗੋਲੂਆ ਭਰਸੇ ਵਾਲਾ ਇਸ ਨੇ ਕਹਿੰਦੇ ਢਾਈ ਕਰਨਾ ਮੇਰੇ ਵੀਰੋ ਪੈਂਦੀਆਂ ਪਾਲਾਂ ਦਾ ਕਹਿੰਦੇ ਫਿਰ ਸਾਹਮਣਾ ਕਰੇਗਾ ਨਾ ਟੋਡੇ ਦੀ ਧਰਤੀ ਹੈ ਅਗਲਾ ਮੈਚ ਜਿਹੜਾ ਖੇਡੇ ਜਾਣਾ ਕਿ ਪਾਸੇ ਹਿਮਾਚਲ ਦੀ ਟੀਮ ਪੀਟਣ ਦੀ ਟੀਮ ਹੋਵੇਗੀ ਮੇਰੇ ਵੀਰੋ ਤੇ ਦੂਜੇ ਪਾਸੇ ਟੀਮ ਦਾਉ ਸਾਹਿਬ ਦੀ ਹੋਵੇਗੀ ਉਹ ਟੀਮਾਂ ਦੇ ਕੈਪਟਨ ਆ ਕੇ ਟਾਸ ਕਰਨਗੇ ਖੜਕਾ ਖੜਕਾ ਹੋਵੇਗਾ ਚਾਰੇ ਕਿਹੜੇ ਵੱਡੇ ਦੱਸਣ ਕਿੰਨੇ ਬਣ ਗਏ 99 1 ਘੱਟ 100 99 ਰਾਣਾ ਜਿਹੜੇ ਕਿਹੜੇ ਬਣ ਗਏ ਨੇ 5 ਰਾਣਾ ਤੋਂ ਬਾਅਦ ਲਾਸਟ ਓਵਰ ਦੀਆਂ ਕਿਹੜੇ ਪਾਲਾ ਜਿਹੜੀਆਂ ਕਿਹੜੇ ਪੈਣਗੇ ਕਿਹੜਾ ਖਿਡਾਰੀ ਜਿਹੜਾ ਕਿਹੜੇ ਪਾਲਾ ਪਾਵੇਗਾ ਗੱਲ ਜਿਹੜੇ ਕਿਹੜੇ ਸਮੇਂ ਦੀ ਆਉਣਗੀਆਂ ਕਲੋਜ਼ ਫਾਈਟਰ ਰਵੀ ਆ ਗਿਆ ਨੂਰਪੁਰ ਪਿੰਡ ਦੀ ਧਰਤੀ ਦਾ ਬਾਲ ਪਾਉਣ ਦੇ ਲਈ ਜਿਹੜਾ ਤਿਆਰ 18 ਦਾ 19 ਮੋਟਰਸਾਈਕਲ ਆ ਖਿਡਾਰੀ ਨੇ ਜਿਹੜੇ ਕਿਹੜੇ ਜਿੱਤੇ ਹੋਏ ਆ 2 ਗੱਡੀਆਂ ਦਾ ਆ ਜੇਤੂ ਇੱਕ ਫੋਰਡ ਜਿਹੜਾ ਕਿਹੜੇ ਹਿੱਸੇ ਆਇਆ ਕਿਹੜੇ ਖਿਡਾਰੀ ਨੇ ਇਹ ਆ ਰਵੀ ਮੁੰਡਾ ਕਿਹੜੇ ਨੂਰਪੁਰ ਪਿੰਡ ਦੀ ਧਰਤੀ ਦਾ ਦੀਪਾ ਵੀ ਆਇਆ ਹੋਇਆ ਤੇ ਜਿੱਥੇ ਰਵੀ ਜਾਂਦਾ ਤੇ ਉੱਥੇ ਕਿਹੜੇ ਦੀਪਾ ਆ ਜਾਂਦਾ ਤੇ ਗੱਲਾਂ ਕਿਹੜੇ ਵੱਡੀ ਹੁੰਦੀਆਂ ਰਵੀ ਬਾਕੀ ਦੀਪਾ ਆਇਆ ਹੋਇਆ ਕਹਿੰਦੇ ਬੇਬਰੀਓ ਆਓ ਕਹਿੰਦੇ ਨੂਰਪੁਰ ਬੇਟ ਵਾਲਾ ਹੈ ਚਰਚੇ ਹੁੰਦੇ ਆ ਕਹਿੰਦੇ ਵੱਡੇ ਤੇ ਜਦੋਂ ਰਵੀ ਦੇ ਸੁੱਖੀ ਖੇਡੇ ਆ ਨਾ ਪੱਕੇ ਤੌਰ ਤੇ ਹੀਰਪੁਰ ਦੀ ਟੀਮ ਦੇ ਲਈ ਖੇਡੇ ਮੇਰੇ ਵੀਰਿਓ ਆਓ ਗੱਲਾਂ ਲੱਗਣੀਆਂ ਕਿਹੜੇ ਟਿਕਾਣੇ ਲਾਈਵ ਬੰਦ ਕਰਿਓ ਸੰਧੂ ਸਾਹਿਬ ਜੈਕਟਰ ਬੰਦ ਕਰਨ ਲੱਗੇ ਇਧਰੋਂ ਓਕੇ ਓਕੇ ਜੀ ਕਰ ਦੋ ਜੀ ਕਰ ਦੋ ਬੰਦ ਦੇਖੀ ਸਹੀ ਗੱਲ ਹੈ ਇੱਧਰ ਆ ਕੇ ਮਾਰ ਦੋ
ਉੱਠਾ ਜਾਓ ਇੰਟਰਨੈਸ਼ਨਲ ਠੀਕ ਹੈ ਇਹ ਜੀ ਪਾਣੀ ਵਾਟਰ ਕੂਲਰ ਲਗਾ ਲਿਆ ਆਓ ਵੀ ਵਾਟਰ ਕੂਲਰ ਸੋਈ ਹੈ ਪਾਣੀ ਹੈ ਇਹ ਧੁੱਪੇ ਨਾ ਰੱਖ ਬਸ ਇੱਧਰ ਰੁਕ ਜਾ ਭੱਜ ਨਹੀਂ ਅਸੀਂ ਗੱਲ ਬਸ ਯਾਰ ਚਲ ਭਾਜੀ ਯਾਰ ਬਹੁਤ ਸਾਰੀ ਬੋਲ ਬਹੁਤ ਸੋਹਣੇ ਹਾਂ ਬਾਬਾ ਹਾਂ ਆਰਾਮ ਕਰ ਰਹੇ ਆ ਸਰ ਉੱਪਰ ਤਾਂ ਚੱਲ ਗਿਆ ਸੀ ਉਸ ਬਿਗੜੇ ਯਾਰ ਗੋਲੂ ਬੰਦ ਕਰ ਬਸ ਵੀ ਰਵੀ ਵਾਲਾ ਲਾਈਵ ਕਰ ਰਹੇ ਹਨ ਮੈਨੂੰ ਇਹਦੀ ਮਦਦ ਅਪਡੇਟ ਨਹੀਂ
ਖਿਲਾਤਾ ਕਿਆ ਹੋਇਆ ਭਾਈ ਬਲਟਾਲਾ ਟੀਮ ਨੀ ਹੈ, ਬਲਟਾਲਾ ਟੀਮ ਸਵੇਰੇ ਮਨਾ ਕਰ ਗਈ ਸੀ। ਹਾਂਜੀ ਹਾਂਜੀ, ਤਾਂ ਕਰਕੇ ਕੱਢਤੀ ਫਿਰ। ਹੋਰ ਭਾਜੀ ਇੱਥੇ ਜਦੋਂ ਚੱਲਦਾ ਹੀ ਪਿਆ ਲਾਈਵ, ਹੁਣ ਸਾਡਾ ਚੱਲਦਾ ਹੀ ਬੰਦ ਹੋਣਾ। ਕੀ ਆਖਦਾ ਜੇ ਤੇਰੀ ਆਵਾਜ਼ ਨੀ ਸੁਣੇਗਾ ਦੀ, ਕਮੈਂਟਰੀ ਜਾਓ ਕਰਦੀ। ਕੋਈ ਵੀ ਨੀ ਬੋਲਦਾ ਸਾਡਾ, ਐਵੇਂ ਮਰੀ ਜਾਂਦਾ। ਉਹ ਯਾਰ ਹੱਦ ਹੋ ਗਈ, ਦੇਖ ਲੈ ਲਾਈਵ ਕਰ ਲਿਆ। ਤੈਨੂੰ ਨੀ ਪਤਾ ਕਿੱਥੇ ਪਿੰਡ, ਕੱਲ ਦਾ ਤੈਨੂੰ ਦੱਸਿਆ ਵਾ। ਮੈਂ ਉੱਧਰ ਤਾਂ ਪਰਲੇ ਪਾਸੇ। ਅੱਛਾ, ਰਿਵਿਊ ਤਾਂ ਹੈ ਹੀ ਨੀ ਯਾਰ, ਰਿਵਿਊ ਹੈ ਨੀ। ਨੋ ਨੀ ਦੀ ਗੋਲ ਵੀਰ ਵਾਲੀ ਬੋਲ ਯਾਰ, ਸਲੋਨ ਸਿੱਟੀ ਹੋਈ ਯਾਰ, ਸਲੋਨ ਸਿੱਟੀ ਸੀ। ਹਰਮਨ ਨਹੀਂ ਆ ਬਾਈ, ਹਰਮਨ ਹੋਰ ਕਿਤੇ ਖੇਡਦਾ।
ਨਹੀਂ ਪਤਾ ਨਹੀਂ ਬਹਿ ਸਕਦਾ ਕਿ ਨਹੀਂ ਕਾਹਨੂੰ ਬਹਿਣਾ ਮੈਂ ਕਿਹਾ ਤੁਹਾਨੂੰ ਕਹਾਉਣਾ ਗਿਆ ਹਾਂਜੀ 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 ਭਾਈ ਲਾਈਟ ਕਰਕੇ ਯੂਟਿਊਬ ਤੇ ਲਾਈਵ ਬੰਦ ਹੋ ਗਿਆ ਤੇ ਹੁਣ ਫੇਸਬੁੱਕ ਤੇ ਚੱਲੂਗਾ ਲਾਈਟ ਭਾਈ ਲਾਈਵ ਕਰਕੇ ਰੁਕੀ ਹੋਇਆ ਮੈਚ ਮੈਚ ਤਾਂ ਕਦੋਂ ਦਾ ਸਟਾਰਟ ਹੋ ਜਾਣਾ ਤਾ ਯੂਟਿਊਬ ਵਾਲਾ ਮੈਚ ਬੰਦ ਹੋ ਗਿਆ ਲਾਈਟ ਕਰਕੇ ਭਾਜੀ ਇਹੀ ਚੱਕਰ ਪੈ ਗਿਆ ਯਾਰ ਮੇਰੀ ਇੱਕ ਗੱਲ ਸੁਣਦੇ ਦੋ ਵਾਰੀ ਪੁੱਛਦੇ ਲੈਟ ਕਰਕੇ ਲਾਈਵ ਬੰਦ ਹੋਇਆ ਯੂਟਿਊਬ ਵਾਲਾ ਤਾਂ ਕਰਕੇ ਮੈਚ ਰੋਕਿਆ ਹੋਇਆ ਤੁਹਾਡਾ ਤੋੜ ਹੋਰ ਰੱਖਣਾ ਮੈਂ ਤੁਹਾਨੂੰ ਰਾਤ ਨੂੰ ਪਿਆਇਆ ਨੀ ਕਰਨੀ ਨਹੀਂ ਮੈਂ ਸਿਰਫ ਘਸਾ ਰਿਹਾ ਉਦੋਂ ਪੈ ਦੇ ਦੇਣਾ ਕੋਈ ਪਤਾ ਨਹੀਂ ਮੈਂ ਇੱਕ ਵਾਰ ਘਸਾ ਦੇਵਾਂਗਾ ਲੂ ਜਿਹਾ ਬੋਲਣਾ ਲੈ ਜੀ ਵੀਰੇ ਪੁਰਾਣੀ ਬੋਲ ਚ ਰਹਿਣ ਦੋ ਇਹ ਤੂੰ ਆਪੇ ਦੇ ਦੂੰਗਾ ਇੱਕ ਦੋ ਚੱਕ ਕਰਕੇ ਬਾਹਰ ਪੈ ਜਾਊਗਾ ਬੇਫਿਕਰ ਨੀਸ਼ੂ ਇੱਕ ਬਾਲ ਫੜ ਲਾ ਆਪਣੇ ਕੋਲ ਇਦੂ ਬਾਅਦ ਲਵਾ ਦੀ ਚਲੀ ਗਈ ਕਰਨ ਕਰਨ ਦੋ ਦੋ ਜਗ੍ਹਾ ਕਵਰ ਨੀ ਹੋਣਾ ਸੀ ਇੱਧਰ ਖੇਲਦੇ ਫਾਈਨਲ ਪਤਾ ਨੀ ਯਾਰ ਕਿੰਨੇ ਵਜੇ ਉਹ ਹੀ ਤਿੰਨ ਵਜੇ ਦੂਜਾ ਕੁਆਟਰ ਬੈਠੇ ਆ ਗਏ
ਬਿੱਲਾ ਜੱਟ ਭਾਜੀ ਘੁੜਕੇ ਮੰਡ ਵਾਲੇ ਲਾਈਵ ਜੁੜ ਗਏ ਨੇ। ਗੁੱਡ ਮਾਰਨਿੰਗ ਭਾਜੀ, ਤੁਸੀਂ ਦੱਸੋ ਜੀ ਕਿਵੇਂ ਹੋ, ਸ਼ੇਅਰ ਕਰ ਦੋ ਮੈਚ ਨੂੰ। ਪਹਿਲੀ ਬੋਲ ਤੇ ਡਬਲ ਆਇਆ ਤੇ ਜਾਂਟਾ ਦੇ ਕਰਨ ਦੀ ਟੱਕਰ, ਫੇਰ ਚਾਰ ਸਕੋਰ। ਬੋਲਿੰਗ ਵਾਲੀ ਟੀਮ ਭਾਈ ਵਾਰਡ ਨੰਬਰ 6 ਰੋਪੜ ਜੀ। ਫਾਰੂਕ ਭਾਜੀ ਕਵੈਤ ਵਾਲੇ, ਥੋੜਾ ਕਹਿੜੇ ਜਿਓ ਖੇਡੋ। ਵਧੀਆ ਵਧੀਆ ਸਤਨਾਮ ਭਾਈ, ਤੁਸੀਂ ਦੱਸੋ ਜੀ ਮਾਰ ਕੇ ਚੱਲਿਓ ਵੀਰੇ, ਸ਼ਾਬਾਸ਼ ਉੱਪਰ ਹੀ ਪਾ ਰਿਹਾ। ਰੋਹਿਤ ਕਿੰਗ ਨਹੀਂ ਆ ਭਾਜੀ ਕਿਸੇ ਟੀਮ ਚ, ਆਪ ਹੀ ਕਿੰਗ ਬਣਨਾ ਪੈਣਾ ਕਿਸੇ ਨੂੰ। ਛੋਟ ਓਏ ਗੋਲੇ ਭਾਈ, ਜ਼ੋਰ ਨਹੀਂ ਜ਼ੋਰ ਨਹੀਂ। ਆ ਲੈ ਲੋ, ਆ ਲੋ, ਆ ਵੀ ਰੱਖ ਲੋ। ਵੀਰੇ ਬਾਲ ਆਪਣੇ ਕੋਲ ਰੱਖ ਲਿਓ, ਕਰ ਦੋ ਕਰ ਦੋ ਸ਼ੇਅਰ, ਮੈਂ ਨਹੀਂ ਬੰਦਾ ਭਾਈ ਰੋਲਾ। ਦਿੱਤੀ ਹੈ ਖੋਰ ਮਗਰ ਰੱਖ ਲੈ ਭਾਈ। ਨਾਗ ਹੈਗਾ ਬਾਈ, ਨਾਗ ਸੈਮੀ ਚ ਪੁੱਜ ਗਿਆ ਬਾਈ, ਦੜੋਲੀ ਟੀਮ ਖੇਡਦਾ। ਓਏ ਹਾਏ, ਪੰਦਰਾਂ ਸੋਲਾਂ ਛੱਕੇ ਰਹਿ ਗਏ, ਤੀਹ ਵਾਲਾ ਸੋਲਾਂ ਛੱਕੇ। ਸ਼ਾਵਾ ਜਾਂਟੇ ਕੈਡਾ ਖੇਡੀ ਸ਼ੇਰਾ, ਆ ਫੜ ਦੋ ਹਾਂਜੀ ਹਾਂਜੀ, ਜੇ ਬਾਲ ਦੇ ਦੋ ਦੇ ਦੋ। ਹੈਪੀ ਭਾਜੀ, ਅੰਗਰੇਜ਼ੀ ਚ ਕਰਦੇ ਕਮੈਂਟਰੀ, ਪੰਜਾਬੀ ਚ ਕਰਨੀ ਨੀ ਆਉਂਦੀ ਕਹਿੰਦੇ। ਹਾਂਜੀ ਵੀਰੇ, ਕੀ ਹਾਲ ਚਾਲ ਆ? ਲਾਈਟ ਨਾ ਹੋਣ ਕਰਕੇ ਵੀਰੇ ਯੂਟਿਊਬ ਲਾਈਵ ਬੰਦ ਆ, ਤਾਂ ਤੁਸੀਂ ਫੇਸਬੁੱਕ ਤੇ ਮੈਚ ਦਾ ਆਨੰਦ ਮਾਣੋ ਸਾਰੇ ਭਰਾ। ਇੱਕ ਓਵਰ ਦੀ ਸਮਾਪਤੀ 14 ਰਨ ਤੇ ਰਵੀ ਆਊਟ ਹੋ ਗਿਆ। ਹਾਂ ਰਵੀ ਨੂਰਪੁਰ ਬੇਟ ਨਹੀਂ ਇਹ ਮੁੰਡੇ ਦਾ। ਹਾਂਜੀ ਵੀਰੇ, ਹੈਪੀ ਤੋਂ ਕਮੈਂਟਰੀ ਕਰਾ ਦਿਓ, ਕੋਲ ਬੈਠਾ ਬਿਲਕੁਲ ਕਰੂਗਾ ਇੰਗਲਿਸ਼ ਦੇ ਵਿੱਚ ਵੀਰੇ। ਕਰ ਦੋ ਸ਼ੇਅਰ ਵੀਰੇ, ਰੌਲਾ ਨਹੀਂ ਪਾਉਂਦਾ ਰਵੀ।
174 ਭਰਾ ਹੋ ਗਏ, ਚੱਕ ਦਿਓ ਕੰਮ ਨੂੰ। ਹੈਪੀ ਸਾਨੇਵਾਲ ਨੂੰ ਬੈਸਟ ਆਫ ਲੱਕ ਆ ਵੀ। ਓ ਬੱਲੇ ਆ ਜੰਟਾ ਹੁਸ਼ਿਆਰਪੁਰੀਆ ਪਰ ਛੱਡਤਾ ਤੱਤੀ ਸੀਗੀ ਬਾਲ, ਬਾਲ ਗਰਮ ਸੀਗੀ ਤੇ ਕੈਚ ਡ੍ਰੌਪ ਹੋ ਗਿਆ ਤੇ ਹੈਪੀ ਦਾ ਜ਼ੋਰ ਬਾਹਰ ਬੈਠੇ ਦਾ ਬਾਹਲਾ ਲੱਗਿਆ ਹੋਇਆ ਵਾ। ਹੈਪੀ ਸਾਨੇਵਾਲ ਨੂੰ ਬੈਸਟ ਆਫ ਲੱਕ ਆ ਵੀਰੇ, ਬੈਸਟ ਆਫ ਲੱਕ ਆ ਜੀ, ਬੈਸਟ ਆਫ ਲੱਕ ਆ। ਆ ਥੋੜਾ ਜਿਹਾ ਫਰੇਮ ਖਰਾਬ ਕਰ ਲਿਆ ਸੀ ਮੁੰਡੇ ਨੇ, ਠੀਕ ਕਰਤਾ। ਔਰ ਬਿੱਲਾ ਜੱਟ ਯੂਕੇ ਤੋਂ ਲਾਈਵ ਜੁੜਿਆ ਹੋਇਆ ਸਾਡਾ ਭਰਾ, ਰਨ ਛੇ ਚਾਰ ਚਾਰ ਆ ਜੀ। ਲੋ ਫੋਲਟਸ ਬਾਲ ਸੀ ਵੀਰੇ ਰਾਮਪ੍ਰੀਤ ਢੀਂਸਾ ਜੀ। ਹਾਂ ਹਰਮਨ ਕਿਉਂ ਨੀ ਆਇਆ, ਹਰਮਨ ਦਾ ਵੀਰੇ ਅੱਜ ਕਿਤੇ ਹੋਰ ਮੈਚ ਸੀਗਾ ਵੀਰੇ। ਓ ਬੱਲੇ ਇਹ ਆ ਗੁਰਜੰਟ ਸਿੰਘ, ਇੱਕ ਮੋਟਰਸਾਈਕਲ ਜਿੱਤਿਆ ਮੁੰਡੇ ਨੇ ਤੀੜੇ ਦੇ ਕੱਪ ਤੋਂ ਵੀਰੇ। ਤੁਸੀਂ ਮੇਰੀ ਆਈ ਡੀ ਤੇ ਜਾ ਕੇ ਦੇਖ ਲਿਓ, ਇਸ ਟੂਰਨਾਮੈਂਟ ਦਾ ਆਹ ਮੈਚ ਮੈਂ ਸ਼ੇਅਰ ਕਰ ਚੁੱਕਿਆ ਵਾਂ। ਜੰਟੇ ਜ਼ਿਆਦਾ ਕੈਜੂਅਲ ਖੇਲਦੇ, ਚੱਕੀ ਜਾਣੀ ਹੈ ਬਾਲ, ਭੱਜਦੇ ਕਿਉਂ ਨਹੀਂ ਯਾਰ, ਜ਼ਿਆਦਾ ਕੈਜੂਅਲ ਨਹੀਂ ਖੇਲਣਾ ਜੰਟੇ, ਆਪਾਂ ਰਨ ਬਣਾਉਣੇ, ਸ਼ਾਬਾਸ਼, ਲੰਮਾ ਮੈਚ ਲੈ ਕੇ ਜਾਓ ਖਤਮ ਕਰੋ। ਇਹ ਰਨ ਚਾਰ ਹੋ ਗਏ ਜੀ, ਆਊਟਫੀਲਡ ਬਹੁਤ ਤੇਜ਼ ਆ ਬੈਕ ਸਾਈਡ ਤੇ। ਲਓ ਦੋ ਓਵਰ 34 ਏਕੜਾ ਰੀ ਆਊਟ, 34-34 ਔਰ 109 ਦਾ ਟਾਰਗੇਟ ਆ, 76 ਰਹਿ ਗਏ ਜੀ, 10 ਦਾ ਟਾਰਗੇਟ ਆ, 76 ਰਹਿ ਗਏ ਜੀ 24 ਬਾਲਾਂ ਦੇ ਵਿੱਚ, 12 ਛੱਕੇ, ਹਣੀ ਆ ਗਿਆ ਰੋਪੜ ਵਾਲਾ। ਤੁਸੀਂ ਆਪਣਾ ਚਲਾ ਕੇ ਚੱਲਿਓ, ਮੇਰਾ ਭਾਈ ਬਣੇ ਸ਼ਾਬਾਸ਼, ਅਕੋਰਡਿੰਗ ਟੂ ਬਾਲ। ਹਰਮਨ ਵੀਰੇ ਪਤਾ ਨਹੀਂ ਕਿੱਥੇ ਆ, ਜੇ ਆਇਆ ਨਹੀਂ ਉਹ ਵੀਰੇ, ਹੁਣ ਹਰੇਕ ਪਲੇਅਰ ਦਾ ਪਤਾ ਨਹੀਂ ਨਾ ਹੁੰਦਾ ਕੌਣ ਕਿੱਥੇ ਖੇਡਦਾ ਵੀਰੇ। ਪਿਛਲਾ ਮੈਚ ਜਿੱਤੀ ਸੀਗੀ ਟੀਮ ਦੜੋਲੀ ਅੱਪਰ ਦੀ, ਹੁਣ ਗਾਂਹ ਤੋਂ ਲੱਗਦਾ ਏਦਾਂ ਹੀ ਕਰਨਾ ਪੈਣਾ ਕੁਛ ਆਪਾਂ ਨੂੰ। ਕਰਦੇ ਥੋੜੀ ਹੁਣ ਗੱਡੀ ਗੁੱਡੀ ਵੱਡੀ ਆਪਾਂ, ਯੂਟਿਊਬ ਲਾਈਵ ਲੈਟ ਕਰਕੇ ਹੈ ਨੀ ਗਾ ਤੇ ਹਣੀ ਆ ਰੋਪੜ ਵਾਲਾ ਮੁੰਡਾ, ਕੱਲ ਚੌਕਾ ਮਾਰ ਕੇ ਟੀਮ ਨੂੰ ਮੈਚ ਜਿਤਾਇਆ ਸੀ ਜਦੋਂ ਸੰਕਟ ਦੇ ਵਿੱਚ ਸੀ। ਨਾਗ ਦਾ ਮੈਚ ਹੋ ਗਿਆ ਵੀਰੇ, ਨਾਗ ਪਹੁੰਚ ਗਿਆ ਇੰਟੂ ਦਾ ਸੈਮੀ ਦੇ ਵਿੱਚ ਪਹੁੰਚ ਗਿਆ ਜੀ। ਉਹ ਭਰਾ ਗਾਣੇ ਨਾ ਚਲਾਓ, ਮੁੰਡੇ ਦਾ ਪੇਜ ਬੰਦ ਹੋ ਜੂਗਾ। ਓ ਛੱਡਤਾ ਕੈਚ, ਵਾਈਡ ਬਾਲ ਸੀ, ਭਰਥਲੇ ਵਾਲੇ ਨੇ ਕੈਚ ਡ੍ਰੌਪ ਕਰ ਦਿੱਤਾ ਬਾਲ ਵਾਈਡ ਤੇ, ਖੇਡ ਬੈਠਾ ਮਣੀ ਮਲਨੀ ਲੱਡੂ ਪੰਡੂਰੀ ਬੰਦੇ ਸਾਰੇ ਲਾਈ ਬੈਠ ਕੇ। ਹਾਂਜੀ ਹਾਂਜੀ, ਔਰ ਇੱਕ ਰਨ ਦਾ ਇਜਾਫਾ,
ਹੋਰ ਹੋ ਗਿਆ ਜੀ, ਸਕੋਰ ਵੱਧ ਕੇ ਹੋ ਗਿਆ 41। ਹਣੀ ਦੇ 3 ਛੱਕੇ ਨਵੀਨ ਕੁਮਾਰ ਵੱਲੋਂ 1100 ਰੁਪਏ ਦੇ ਹੋਣਗੇ, ਮਣੀ ਖੱਤਰੀ ਵੱਲੋਂ। ਮੱਲਪੁਰ ਹਾਰ ਗਈ ਵੀਰੇ, ਮੱਲਪੁਰ ਦੀ ਟੀਮ ਹਾਰ ਗਈ ਦਾਊ ਸਾਹਿਬ ਦੇ ਨਾਲ। ਬਿਜਲੀ ਦਾ ਮੈਚ ਅਗਲਾ ਵੀਰ ਜੀ, ਇਹ ਲਾਈਟ ਆ ਗਈ, ਇਨਸ਼ਾਅੱਲਾ ਲਾਈਟ ਆ ਗਈ, ਤੁਹਾਨੂੰ ਦਿਖਾਵਾਂਗੇ ਮੈਚ। ਅੰਕੂ ਬਿੱਕੂ ਸੋਰੀ ਬਿੱਕੂ ਸ੍ਰੀ ਅਨੰਦਪੁਰ ਸਾਹਿਬ ਬਹੁਤ ਚੰਗੀ ਫੀਲਡਿੰਗ, ਗੋਲਡੀ ਹਾਰੀਆਂ ਸੱਪ। ਵਧੀਆ ਵਧੀਆ ਹਰਪ੍ਰੀਤ ਵੀਰੇ, ਤੁਸੀਂ ਸੁਣਾਓ ਕੀ ਹਾਲ ਚਾਲ ਆ? ਕਰੋ ਕਰੋ ਸ਼ੇਅਰ ਯਾਰ, ਮੁੰਡੇ ਦੇ ਪੇਜ ਨੂੰ ਵੀ ਲਾਈਕ ਕਰ ਲਓ। ਬਲਟਾਣਾ ਤਾਂ ਵੀਰੇ ਆਈ ਹੋਈ ਨੀ, ਜਵਾਬ ਦੇ ਜੀ। ਵਾਹ ਜੀ ਵਾਹ, ਹਣੀ ਹਣੀ ਰੋਪੜ ਵਾਲਾ 6 ਆ ਜੀ, 6 ਹੋ ਗਏ ਮੁੰਡੇ ਨੇ, ਬਾਹਰੋਂ ਜਾ ਕੇ ਫੀਲਡ ਕੀਤੀ। 48 ਹੋ ਗਏ ਜੀ। ਹਾਂਜੀ ਰਵੀ ਆਊਟ ਹੋ ਗਏ ਸੀ ਪਹਿਲੇ ਓਵਰ ਚ, ਵਾਈਡ ਖੁਦੋ ਹੋ ਗਈ ਆ ਜੀ, 49 ਰਨ ਹੋ ਗਏ ਵੀਰੇ। ਬਾਲ ਦੇ ਉੱਪਰ ਆ ਕੇ ਖੇਲੋ ਸ਼ਾਬਾਸ਼। ਇੱਥੇ ਸਾਨੂੰ ਨੀ ਕੋਈ ਫਾਲੋ ਕਰ ਰਿਹਾ। ਮਧੁਰ ਚੌਧਰੀ ਜੀ ਕੀ ਹਾਲ ਚਾਲ ਆ? ਯੂਟਿਊਬ ਪੰਜਾਬ ਸਪੋਰਟਸ ਲਾਈਵ ਚੱਲ ਰਿਹਾ, ਪਰ ਲਾਈਟ ਨਾ ਹੋਣ ਕਰਕੇ ਲਾਈਵ ਜਿਹੜਾ ਬੰਦ ਕੀਤਾ ਹੋਇਆ ਹੈ, ਤੇ ਝਟਕਾ ਵੱਡਾ ਲੱਗ ਚੁੱਕਿਆ। ਆ ਗਿਆ ਸਾਹਨੇਵਾਲ ਦਾ ਹੈਪੀ, 3 ਓਵਰ 49 ਰਨ, 2 ਖਿਡਾਰੀ ਆਊਟ। ਔਰ 500 ਰੁਪਇਆ ਰਵੀ ਤੋਂ ਲੈਣਾ, 2 ਦਿਨ ਸਕੋਰਿੰਗ ਦਾ, 2 ਦਿਨ ਬੈਠ ਕੇ ਮੈਂ ਟੂਰਨਾਮੈਂਟ ਦਾ ਲਾਈਵ ਕੀਤਾ। ਬਈ ਵਾਹ, ਕਿੰਗ ਵਾਲਾ ਲੋਗੋ ਲਾਇਆ ਹੋਇਆ ਰਵੀ ਕਿੰਗ। ਔਰ ਮੈਂ ਯੂਟਿਊਬ ਦੇ ਵੀ ਨਾਲ ਦੱਸ ਰਿਹਾ ਵੀ ਰਵੀ ਕਾਸ ਕੋ ਲਾਈਵ ਤੇ ਲਾਈਵ ਦੇਖੋ ਯਾਰ। ਹੋ ਸਕਦਾ ਅਗਲੇ ਮੈਚ ਮੈਨੂੰ ਵੀ ਇੱਥੇ ਬੈਠ ਕੇ ਲਾਈਵ ਕਰਨਾ ਪਊ। ਵੀਰੇ 49 ਰਨ ਹੋ ਗਿਆ ਜੀ, 51 ਤੇ 9, 60 ਰਨ, 18 ਬਾਲਾਂ, 10 ਛੱਕੇ ਬਾਕੀ ਆ। ਨਹੀਂ ਵੀਰੇ 61 ਰਨ ਰਹਿ ਗਏ, ਹਾਂ ਤੇ 61 ਰਹਿ ਗਿਆ ਵੀਰ ਜੀ। ਸਤਿ ਸ੍ਰੀ ਅਕਾਲ ਵੀਰੇ, ਕੀ ਹਾਲ ਆ? ਔਰ ਰਹਿ ਗਏ 9 ਛੱਕੇ, ਹਰ ਦੂਜੀ ਬਾਲ ਤੇ ਛੱਕਾ ਸੀ ਨਿਸ਼ੂ। ਬਾਲਾਂ ਦੇਖ ਕੇ ਤੂੰ ਵੀਰੇ ਪਤਾ ਨੀ ਵੀਰੇ, ਰਵੀ ਭਾਜੀ 250 ਬੰਦਾ ਲਾਈਵ ਹੋ ਗਿਆ ਵੀਰੇ, 250 ਦਾ 500 ਕਰ ਦਿਓ ਯਾਰ, ਦੇ ਦੇ ਉੱਪਰ ਉੱਪਰ ਹੀ ਛੱਡਦਾ ਪਿਆ ਇਹ। ਸਿੱਧੀ ਹੱਥਾਂ ਦੇ ਆ ਗਿਆ ਮੋਟੂ ਬਾਈ, ਮੋਟੂ ਸੋਹੀ ਬੈਟਿੰਗ ਤੇ ਆ ਗਏ ਜੀ। ਮੁੰਡੀ ਅਪਰੇ ਨੂੰ ਮੈਂ ਤਾਂ ਜਾਣਦਾ, ਰੋਗਲਾ ਸਿੰਗਲ ਲੈ ਲੈ, ਹੈਪੀ ਖੜਾ ਕਰਨਾ।
ਚੈਨੀ ਇੱਧਰ ਮਣੀ ਮਸੀਤਾ ਤਾਂ ਨਹੀਂ ਹੈਗਾ ਵੀਰੇ, ਮੈਂ ਸੰਧੂ ਸੁਰਜੀਤ ਹਾਂ ਜੀ, ਨਾਲ ਮੇਰੇ ਸਾਥੀ ਕਮੈਂਟੇਟਰ ਰਵੀ ਨੂਰਪੁਰ ਬੇਟ, ਥੋੜੀ ਜਿਹੀ ਅਗਰੈਸਿਵ ਮੂਡ ਦੇ ਵਿੱਚ ਨੇ ਫਿਰ ਵਧੀਆ, ਤੂੰ ਲਾਈਵ ਦੇ ਵਿੱਚ ਕੁਝ ਸੁਣਨਾ ਨਹੀਂ ਚਾਹੁੰਦਾ, ਉਹੀ ਮੈਂ ਕਹਿੰਦਾ ਵਾ ਥੋੜਾ ਜਿਹਾ ਅਗਰੈਸਿਵ ਮੂਡ ਦੇ ਵਿੱਚ ਨੇ, ਤਾਂ ਮੈਂ ਨਹੀਂ ਇਹਨਾਂ ਨੂੰ ਬੋਲਣ ਲਈ ਕਹਾਂਗਾ। ਆ ਮੋਟੂ ਬਾਈ ਸ਼ਾਟ ਆ ਮੋਟੂ ਬਾਈ ਤੇ ਚਾਰ ਹੈਪੀ ਕੱਟਣੀ ਹੋਰ ਓਏ ਇੱਥੇ ਇੱਕ ਹੈਟ ਹੋਰ ਆ ਗਈ ਰਵੀ ਭਾਜੀ ਸਰਾ ਸ਼ਾਬਾਸ਼ ਥੈਂਕ ਯੂ ਜੀ ਥੈਂਕ ਯੂ ਹਰਮਨ ਤੂੰ ਵੀਰੇ ਵੀਰੇ ਢੜਦਾ ਹੁੰਦਾ ਸੀ ਆਇਆ ਨਹੀਂ ਦੀ ਵੀਰੇ ਬੋਲ ਸਹੀ ਆ ਬੰਦਾ ਸਹੀ ਆ ਬੰਦਾ ਚਾ ਮੋਟੂ ਕੱਢੀ ਦਿੱਤਾ ਤੋ ਕਰ ਦੋ ਸ਼ੇਅਰ ਵੀਰੇ 300 ਦਾ ਕਰੋ ਆਓ ਬੱਲੇ ਮੋਟੂ ਬਾਈ ਸਿੱਧੀ ਹੱਥਾਂ ਚ ਮਾਰਤੀ ਬਾਲ ਇੱਕ ਬਾਉਂਡਰੀ ਇੱਕ ਵਿਕਟ ਇੱਕ ਬਾਉਂਡਰੀ ਇੱਕ ਵਿਕਟ ਗੱਗੂ ਨੂੰ ਭੇਜ ਦੇ ਗੱਗੂ ਨੂੰ ਭੇਜ ਦੇ 14 ਬਾਲਾਂ ਦੇ ਵਿੱਚ 50 ਰਨ ਰਹਿ ਗਏ ਆ ਗਿਆ ਸਿਮਰ ਸੱਪ ਦੋ ਬਾਲਾਂ ਪਈਆਂ ਕਿੱਟ ਕਰ ਦੀ 51 ਰਨ ਬਾਕੀ ਨੇ 14 ਬਾਲਾਂ ਦੇ ਵਿੱਚ ਥੱਲੇ ਵੱਜੀ ਬਹੁਤ ਥੱਲੇ ਵੱਜੀ ਬੈਟ 300 ਹੋ ਗਿਆ ਜੀ ਰਨ ਦਾ ਕੁਝ ਵੀ ਨਹੀਂ ਰਹਿ ਗਿਆ ਕਿੱਟ ਹੋਰ ਕੱਟੀ ਹੋਈ ਸ਼ਾਟ ਰਹਿ ਗਏ ਤਿੰਨ ਓਵਰਾਂ ਪਹਿਲੀ ਵਾਰ ਛੱਕਾ ਦੂਈ ਬਾਲ ਹੋ ਗਿਆ 30 ਦਾ ਚੌਕਾ ਚੌਥੀ ਹੋਰ ਅਗਲੇ ਮੈਚ ਦੇ ਬਾਹਰੋਂ ਖਿਡਾਰੀ ਹੈਗੇ ਨੇ ਵੀਰੇ ਆਪਣੇ ਦਾਊਂ ਸਾਹਿਬ ਦੇ ਵਿੱਚ ਅਫਰੀਦੀ ਨਵਾਂ ਸ਼ਹਿਰ ਜਸ਼ਨ ਮੋਨੂ ਰੋਪੜ ਦੂਜੇ ਪਾਸੇ ਆ ਬਿੱਲਾ ਜੰਦਵੜੀ ਕਾਕਾ ਰਾਮਪੁਰਾ ਤੇ ਬਿਜਲੀ ਬਠਿੰਡਾ ਇਹ ਪਲੇਅਰ ਨੇ ਅਗਲੇ ਮੈਚ ਦੇ ਵੀਰੇ 300 ਭਰਾ ਹੋ ਗਏ ਜੀ ਔਰ ਰਨ ਰਹਿ ਗਏ ਨੇ ਵੀਰੇ 45 ਬਾਕੀ 13 ਬਾਲਾਂ ਦੇ ਵਿੱਚ ਵਾਈਟ ਦੇਣੀ ਹੈ ਨਾ ਬਹੁਤ ਬਹੁਤ ਮਾੜੀ ਗੇਮ ਸੀ ਉੱਪਰ ਵਾਲੀ ਬੋਲਦੀ ਯਾਰ ਪਹਿਲਾਂ ਛੋਟੀ ਮੈਂ ਮਾਰਿਆ ਔਰ ਰਹਿ ਗਏ ਵੀਰ ਜੀ 45 ਰਨ 7 ਛੱਕੇ 12 7 ਛੱਕੇ ਆ ਜੇ ਇੱਕ ਨਹੀਂ ਵੀਰੇ 45 ਰਹਿ ਗਏ ਜੀ 45 110 ਕਰਨੇ ਆ ਜੀ ਇੱਕ ਚ 4 ਮਾਰ ਗਿਆ ਤੇ ਇੱਕ ਤੇ 3 ਰਾਮ ਨਾਲ ਵੱਜਣੇ ਗਈ ਲੱਗਦੀ ਨਾ ਬੱਲੇ ਚ ਹੋਰ ਕੈਚ ਨਾ ਕੱਟ ਕੇ ਪਾਦੀ ਤੂੰ ਪਾਵਾਂਗੇ ਮੈਂ ਤੇਰਾ ਮੈਚ ਰਿਕਾਰਡ ਤੇ ਲਾਇਆ ਹੋਇਆ ਤੇ ਉਧਰੋਂ ਇਹਨਾਂ ਉਹ ਕੰਮ ਕਰਤਾ ਤਗੜਾ ਬੰਦਾ ਤੂੰ ਮਜ਼ਾ ਪਾਇਆ ਜੂਨ ਜੈਸਾ ਹੁਣ ਐਨ ਕੋ ਕੜਾਈ ਕਰ ਲੈ ਇੱਕ ਸੈਟ ਉੱਥੇ ਮੈਂ ਥੋੜੇ ਰਨ ਰੋਕ ਗਏ ਨੇ ਇਹਨਾਂ ਦੇ ਚੱਲਦਾ ਵਾ ਉਸਤਾਦ ਜੀ ਨੂੰ ਸਤਿ ਸ੍ਰੀ ਅਕਾਲ ਬੁਲਾ ਦਿਓ ਰਵੀ ਭਾਜੀ ਠੀਕ ਹੈ ਜੀ ਮੱਥਾ ਜੁੜੀ ਕੱਲ ਹਾਰ ਗਿਆ ਜੀ ਅੱਛਾ
ਭਰਕੇ ਮਾਰ ਭਰਕੇ ਕੋਈ ਨੀ। 11 ਬਾਲਾ 45 ਰਹਿ ਗਏ। ਮਾਰ ਤੇਰੀ ਮੈਂ ਇਕੱਠੀ ਨਾ ਕਰ ਦਵਾਂ ਤੇਰੀ। ਉਨਤਾਲੀ ਰਹਿ ਗਏ, 10 ਚ 39 ਬਾਕੀ। ਭਰ ਕੇ ਮਾਰ ਦੇ ਰਹਿ ਗਏ 33, 9 ਬਾਲ 33 ਬਾਕੀ ਆ ਜੀ। ਦੋ ਮਾਰ ਰਿਹਾ ਵੀਰ, ਬਸ ਇਹਦੇ ਵਾਲਾ ਤਿੰਨ ਆਪੇ ਲੱਗ ਰਿਹਾ ਲਾਸਟ ਮਾਰ। ਪੂਰਾ ਖੇਲੀ ਮੈਂ ਆਪੇ ਬਣ ਜਾਣੇ ਗੋਲੂ ਨੂੰ ਬੈਸਟ ਬਲੱਕ। ਅੰਬਰ ਨੀ ਆਇਆ ਵੀਰੇ, ਸ਼ਾਟ ਆ ਯਾਰ। ਔਰ ਰਹਿ ਗਏ 29, 8 ਬਾਲਾ 29, 8 ਬਾਲਾ 29। ਸ਼ਾਬਾ ਸ਼ਾਬਾ ਹੈਪੀ, ਤਕੜਾ ਪੁੱਤ ਤਕੜਾ ਸ਼ਾਬਾ। ਕੱਲਣ ਆ ਗਿਆ ਨਾਗ ਵਾਰ ਚ ਹੀ ਖੇਡ ਰਿਹਾ ਸੀ, ਉਹਦੇ ਆਪਦੇ ਵਾਰ ਦੀ ਟੀਮ ਸੀ ਵੀਰੇ, ਅੱਜ ਉਹ ਖੇਡ ਰਿਹਾ ਡਰੋਲੀ ਉੱਪਰ ਚ। 8 ਬਾਲਾ 28, ਕਈ ਉਹਨੂੰ ਕਿੱਟ ਮਾਰ ਗਏ 8 ਚ 28। ਰਹਿ ਗਏ 26, 7 ਬਾਲਾ 26। ਉਹ ਵੀਰੇ ਯੂਟਿਊਬ ਤਾਂ ਬੰਦ ਆ, ਲਾਈਟ ਹੈ ਨੀ ਵੀਰੇ, ਤੁਸੀਂ ਕਮੈਂਟਰੀ ਵੀ ਤਾਂ ਕਿਹੜਾ ਸੁਣ ਰਹੇ ਆ ਲਾਈਵ ਤੇ। ਸੱਤ ਵਾਲਾ 26 ਬਾਕੀ ਵੀਰੇ, ਸੋਰੀ 6 ਵਾਲਾ। ਚਾਰ ਸੌ ਬੰਦਾ ਹੋ ਗਿਆ ਜੀ ਲਾਈਵ ਤੇ, ਬਹੁਤ ਬਹੁਤ ਧੰਨਵਾਦ ਵੀਰੇ। ਚੱਕ ਦੋ ਕੰਮ ਨੂੰ 500 ਕਰ ਦੋ ਵੀਰੇ। ਥੈਂਕ ਯੂ ਦਿਲਪ੍ਰੀਤ ਜੀ। ਕੱਲ ਇੱਥੇ 40 ਰਨ ਚੇਜ ਹੋ ਗਏ, 42 ਵੱਜ ਗਏ ਸੀ ਲਾਸਟ ਓਵਰ ਦੇ ਵਿੱਚ, ਇਹ ਤਾਂ ਫਿਰ ਵੀ 26 ਰਨ ਨੇ ਵੀਰੇ। ਅਗਲਾ ਮੈਚ ਵੀਰੇ ਸ਼ਾਇਦ ਆਪਾਂ ਰੋਕ ਲਈਏ ਮੈਚ, ਆਹ ਅਗਲਾ ਨਾ ਸ਼ੁਰੂ ਕਰਾਈਏ ਜਦ ਤੱਕ ਦਿਲ ਕੀਤਾ। ਦੱਸੋ ਜਿਹੜੀ ਸੱਚਾਈ ਆ, ਦਿਲ ਕੀਤਾ ਬੰਦ ਕਰਤਾ ਵੀ, ਰਵੀ ਨੂੰ ਯੂਟਿਊਬ ਤੇ ਨਹੀਂ ਦਿਖਾਣਾ ਸੀ। ਕੋਈ ਨੀ, 400 ਅਪ ਹੋ ਗਿਆ ਜੀ, ਥੈਂਕ ਯੂ। 392 ਆ ਜੀ, 100 ਭਰਾ ਹੋਰ ਸ਼ੇਅਰ ਕਰ ਦਿਓ, ਉਹ ਲਾਈਵ ਜੋੜ ਦਿਓ।
26 ਰਹਿ ਗਏ, 26 ਰਹਿ ਗਏ। ਛੇ ਬਾਲਾਂ ਦੇ ਵਿੱਚ 26 ਰਨ ਬਾਕੀ ਆ ਜੀ। ਰੋਹਿਤ ਚੰਡੀਗੜ੍ਹ ਅੱਜ ਆਇਆ ਨੀ, ਪਹਿਲੀ ਬਾਲ ਔਰ ਰਹਿ ਗਏ 20 ਰਨ ਬਾਕੀ। ਇਹ ਆ ਹੈਪੀ ਸਾਨੇ ਵਾਲੀ ਆ, ਜਿਹੜੇ ਹੈਪੀ ਨੇ 32 ਖਾਦੇ ਉਹਨਾਂ ਚੋਂ 26 ਘਟਾ ਗਏ ਤੇ 6 ਕਰਵਾ ਲਏ। ਪੰਜ ਚ 20 ਚਾਰਾਂ ਦੇ ਵਿੱਚ ਵੀਹ ਚਾਰ ਬਾਲਾਂ ਦੇ ਵਿੱਚ 20 ਫਾਈਨਲ ਡੇ ਆ ਜੀ, ਚਾਰ ਬਾਲਾਂ ਚ 20 ਬਾਲ, ਇੱਕ ਡਾਟ ਕਰਾਉਣੀ ਆ ਜੀ। 14 ਰਹਿ ਗਏ ਤਿੰਨਾਂ ਦੇ ਵਿੱਚ, ਬਹੁਤ ਲੰਮਾ ਛੱਕਾ ਮਾਰਿਆ। ਪੰਡੋਰੀ ਨੀ ਹੈਗੀ ਵੀਰੇ, 3 ਬਾਲਾ 14 ਬਿਜਲੀ ਹੋਣੀ ਤਿਆਰ ਅਗਲੇ ਮੈਚ ਲਈ। ਛਿੱਕਾ ਲੱਗ ਗਿਆ, 8 ਰਹਿਣੇ 2 ਬਾਲਾਂ ਵੀ ਪਾਊਗਾ। ਜੋ ਤੁਸੀਂ ਆਏ ਹੋਏ ਨੇ 3 ਬਾਲਾ 14 2 ਆ ਗਏ ਜੀ, 2 ਬਾਲਾ 2 ਛੱਕੇ ਰਹਿ ਗਏ। 2 ਬਾਲਾ 2 ਛੱਕੇ ਰਹਿ ਗਏ, ਰਵੀ ਨੂਰ ਬੈਟ ਨੀ ਹੈਗਾ, 2 ਬਾਲਾ 12 ਉੱਪਰ ਸੀਗੀ, ਛੋਟੀ ਸੀਗੀ, 2 ਬਾਲਾਂ ਚ 12 ਰਹਿ ਗਏ। ਇੱਕ ਚ 12, 9 ਬਾਲ ਵਾਈਡ। ਥੈਂਕ ਯੂ ਵੀਰੇ, ਦੜੋਲੀ ਦਾ ਵੀਰੇ ਹੋਣਾ ਵਾ ਸੈਮੀਫਾਈਨਲ ਮੈਚ। ਹੁਣ ਲਾਸਟ ਬਾਲ 12 ਬਾਕੀ ਆ ਜੀ, ਲਾਸਟ ਬਾਲ 12 ਰਨ ਬਾਕੀ ਆ, 9 ਵਾਈਡ ਕੰਮ ਕਰਾ ਸਕਦੀ ਆ। ਕੈਚ ਆਊਟ, ਜਿੱਤ ਗਈ ਟੀਮ ਵਾਰਡ ਨੰਬਰ 6 ਰੋਪੜ। ਮਿਲਦੇ ਅਗਲੇ ਮੈਚ ਦੇ ਵਿੱਚ ਵੀਰੇ, ਧੰਨਵਾਦ ਵੀਰੇ, 500 ਭਰਾ ਹੋ ਗਿਆ ਲਾਈਵ ਤੇ, ਧੰਨਵਾਦ।